सांझ पंजाब टीवी देखते समूह दर्शकों का राम सिंह कल्याण वालों जी आया धन्यवाद कहा जाता है। दोस्तों कोरोना के कारण आपां नूं कई तरह दीआं समस्याओं का सामना करना पैंदा है। अपने ते कई तरह के आर्थिक बोझ पाबंदियां लागू हो गई हैं जिस करके आपां नूं हुण रल मिल के चलन की लोड़ है। इसे बाबत पिंडां विच जमीनां नूं लैके लेबर नूं लैके कई तरह दीआं तकरारबाजियां शुरू हो चुकियां हन जिन्हां नूं आपां तकरारबाजी तों निकल के भी आपां इक ਪਰਿਆਂ ਦਾ ਮਾਹੌਲ ਸਿਰਜਣਾ ਨਾ ਕਿ ਆਪਾਂ ਵੀ ਤਕਰਾਰਬਾਜ਼ੀ ਕਰਨੀ ਹੈ। ਇਹ ਕੁਦਰਤ ਨੇ ਆਪਾਂ ਨੂੰ ਇੱਕ ਸਮਾਂ ਦਿੱਤਾ ਪੇਪਰਾਂ ਦਾ ਵੀ ਆਪਾਂ ਰਲ ਮਿਲ ਕੇ ਪਾਸ ਕਰਨੇ ਆ ਨਾ ਕਿ ਲੜ ਕੇ ਇੱਕ ਦੂਜੇ ਦੀਆਂ ਕਿਤਾਬਾਂ ਪੜ੍ਹਨੀਆਂ। ਸੋ ਆਓ ਅੱਜ ਆਪਾਂ ਇਸ ਮਸਲੇ 'ਤੇ ਹੋਰ ਸਮਾਜਿਕ ਸੁਧਾਰਾਂ ਲਈ ਦੀਰਘ ਵਿਚਾਰ ਕਰਾਂਗੇ। ਕੋਰੋਨਾ ਨੂੰ ਰੱਖਦਿਆਂ ਮੁੱਖ 'ਤੇ ਵੀ ਦੂਰੀ ਦਾ ਮੇਨਟੇਨ ਕੀਤਾ ਜਾਵੇਗਾ ਅਤੇ ਸੈਨੇਟਾਈਜ਼ਰ ਦਾ ਵਰਤੋਂ ਕੀਤੀ ਗਈ ਹੈ ਅਤੇ ਅਸੀਂ ਸਾਰੇ ਤਰ੍ਹਾਂ ਦੇ ਉਹ ਹੱਲ ਕੀਤੇ ਆ ਪਹਿਲਾਂ ਵੀ ਆਪਾਂ ਨੂੰ ਕੱਲ੍ਹ ਨੂੰ ਇਹੋ ਜਿਹੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਅਸੀਂ ਸਮਾਜ ਨੂੰ ਇੱਕ ਸੀਸਾ ਦਿਖਾਉਣਾ ਵੀ ਆਪਾਂ ਦੂਰੀ ਵੀ ਮੇਨਟੇਨ ਕਰਨੀ ਆ ਅਤੇ ਆਪਣਾ ਸਮੱਸਿਆਵਾਂ ਦਾ ਵਿਚਾਰ ਚਰਚਾ ਕਰਕੇ ਹੱਲ ਵੀ ਕਰਨਾ। ਆਓ ਹੁਣ ਆਪਾਂ ਦੂਸਰੀ ਸੰਗਤ ਨੂੰ ਮਿਲਦੇ ਹਾਂ ਅਤੇ ਉਹਨਾਂ ਦੀਆਂ ਵਿਚਾਰ ਚਰਚਾਵਾਂ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਹੱਲ ਸੁਣਦੇ ਹਾਂ। ਜਿਹੜੇ ਹੱਲ ਹੋਣਗੇ ਇਹ ਕਿਸੇ ਦੇ ਥੋਪੇ ਨਹੀਂ ਜਾਣਗੇ, ਸਿਰਫ ਇਹ ਇੱਕ ਸਲਾਹ ਹੋਊਗੀ ਸੰਗਤ ਲਈ ਤਾਂ ਕਿ ਰਲ ਮਿਲ ਕੇ ਸਾਰੇ ਆਪਾਂ ਇਹ ਔਖੇ ਸਮੇਂ ਨੂੰ ਲੰਘਾ ਸਕੀਏ। ਸੋ ਕੈਮਰਾਮੈਨ ਜਗਸੀਰ ਸਿੰਘ ਸਿੱਧੂ, ਸਿੱਧੂ ਸਟੂਡੀਓ ਬੱਸ ਸਟੈਂਡ ਕਲਿਆਣ ਸੁੱਖਾ ਨਾਲ ਰਾਮ ਸਿੰਘ ਕਲਿਆਣ ਸਮੂਹ ਸੰਗਤ ਨੂੰ ਆਪਾਂ ਵਿਚਾਰ ਚਰਚਾ ਕਰਾਂਗੇ। ਅੱਜ ਆਪਾਂ ਵੱਖ ਵੱਖ ਵਿਸ਼ਿਆਂ 'ਤੇ ਵਿਚਾਰ ਚਰਚਾ ਕਰਾਂਗੇ ਜੋ ਆਪਾਂ ਨੂੰ ਸਮਾਜ ਅੱਗੇ ਸਮੱਸਿਆਵਾਂ ਖੜੀਆਂ ਕੀਤੀਆਂ ਕਰੋਨਾ ਨੇ। ਸੋ ਅੱਜ ਆਪਣੇ ਨਾਲ ਕਿਸਾਨ ਯੂਨੀਅਨ ਦੁਕਾਨਦਾਰ ਵੀਰ, ਕਿਸਾਨ ਵੀਰ ਸਾਰੇ ਆਪਣੋ ਆਪਣੀਆਂ ਸਮੱਸਿਆਵਾਂ ਸ਼ੇਅਰ ਕਰਨਗੇ। ਸੋ ਦੋਸਤੋ ਆਪਾਂ ਆਪਣੀ ਜ਼ਿੰਦਗੀ ਦਾ ਮੁੱਖ ਮਾਰਗ ਧਰਮ ਤੋਂ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਸਰਦਾਰ ਜਗਰੂਪ ਸਿੰਘ ਜੀ ਖਾਲਸਾ, ਇਹਨਾਂ ਤੋਂ ਆਪਾਂ ਜਾਣਾਂਗੇ ਕਿ ਆਪਾਂ ਨੂੰ ਗੁਰੂ ਸਾਹਿਬ ਨੇ ਧਰਮ ਦੇ ਆਧਾਰ 'ਤੇ ਇਕੱਠੇ ਕੀਤਾ ਸੀ ਪਰ ਆਪਾਂ ਧਰਮ ਦੇ ਆਧਾਰ 'ਤੇ ਵੰਡੇ ਗਏ। ਜਾਤਾਂ ਆਧਾਰਿਤ ਗੁਰਦੁਆਰਾ ਸਾਹਿਬ ਬਣ ਗਏ, ਜਾਤਾਂ ਆਧਾਰਿਤ ਹੁਣ ਨਗਰ ਕੀਰਤਨ ਕੱਢੇ ਜਾਂਦੇ ਆ ਅਤੇ ਨਗਰ ਕੀਰਤਨਾਂ 'ਤੇ ਗੁਰਬਾਣੀ ਵਿਚਾਰ ਸੁਣਨ ਦੀ ਬਜਾਏ ਲੰਗਰ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ ਅਤੇ ਇੱਕ ਦੂਜੇ ਤੋਂ ਹੋੜ ਲੱਗੀ ਰਹਿੰਦੀ ਹੈ ਵੀ ਅਸੀਂ ਆਹ ਬਣਾ ਲਈਏ, ਫਲਾਣੇ ਵਾਲੀ ਉਹ ਬਣਾ ਦੇ, ਅਸੀਂ ਆਹ ਬਣਾ ਲਈਏ। ਫਿਰ ਦੋ ਚਾਰ ਦਿਨ ਚਰਚਾ ਹੁੰਦੀ ਰਹਿੰਦੀ ਆ ਵੀ ਫਲਾਣਿਆਂ ਦੇ ਪਤੌੜ ਮੁੱਕ ਗਏ, ਫਲਾਣਿਆਂ ਦਾ ਜਲੇਬੀਆਂ ਮੁੱਕ ਗਈਆਂ, ਵੀ ਆਪਣਾ ਪ੍ਰੋਗਰਾਮ ਵਧੀਆ ਸੀ। ਇਸ ਤਰ੍ਹਾਂ ਦੇਖਿਆ ਗਿਆ ਕਿ ਹੁਣ ਗੁਰੂ ਸ਼ਬਦ ਦੀ ਬਜਾਏ ਵੀ ਜਿਹੜਾ ਖਾਣ ਪੀਣਾ ਉਹ ਮੁੱਖ ਹੋ ਗਿਆ, ਵੀ ਆਪਾਂ ਇਸ ਵਿੱਚ ਕਿਵੇਂ ਸੁਧਾਰ ਲਿਆ ਸਕਦੇ ਹਾਂ। ਆਪਾਂ ਦੋ ਚਾਰ ਮਿੰਟ ਲਈ ਮਾਸਟਰ ਜਗਰੂਪ ਸਿੰਘ ਤੋਂ ਇਸ ਵਿਸ਼ੇ ਬਾਰੇ ਜਾਣਨਾ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਂਝ ਪੰਜਾਬ ਟੀਵੀ ਵੱਲੋਂ ਜੋ ਉਪਰਾਲਾ ਕੀਤਾ ਪਿੰਡ ਦੇ ਜਿਹੜੇ ਮੁੱਖ ਮੁੱਦੇ ਹੈ ਜਿਨ੍ਹਾਂ 'ਤੇ ਪਿੰਡ ਦੇ ਵਿੱਚ ਬਖੇੜੇ ਖੜ੍ਹੇ ਹੋ ਰਹੇ ਹੈ ਉਹਨਾਂ ਨੂੰ ਚੱਕਿਆ ਦੇ ਵਿੱਚ ਇਹਨਾਂ ਨੇ ਧਾਰਮਿਕ ਜਿਹੜਾ ਮੁੱਦਾ ਉਸ ਨੂੰ ਵੀ ਰੱਖਿਆ, ਜਿਹਦੇ ਵਿੱਚ ਨਗਰ ਕੀਰਤਨਾਂ ਦੀ ਗੱਲ ਕੀਤੀ ਹੈ। ਗੁਰਦੁਆਰਾ ਸਾਹਿਬਾਨ ਉਹ ਵੀ ਸਾਡੇ ਪਿੰਡ ਦੇ ਵਿੱਚ ਗਿਣਤੀ ਹੈ ਜਿਹੜੀ ਜਾਤਾਂ ਦੇ ਆਧਾਰ 'ਤੇ ਵੀ ਹੋ ਚੁੱਕੀ ਹੈ, ਜਿਹਦੇ ਵਿੱਚ ਕੁਝ ਗੱਲਾਂ ਹੋ ਜਾਂਦੀਆਂ ਵਿਤਕਰੇਬਾਜ਼ੀ ਜਾਂ ਹੋਰ ਇਸ ਤਰ੍ਹਾਂ, ਤਾਂ ਉਹਨਾਂ ਨੂੰ ਦੂਰ ਕੀਤਾ ਜਾਵੇ। ਤਾਂ ਮੈਂ ਇਹ ਵੀ ਸਹਿਮਤ ਹਾਂ ਵੀ ਨਗਰ ਕੀਰਤਨ ਆ ਜਿਹੜਾ ਉਹ ਵੀ ਪੰਜ ਕਲਿਆਣਾਂ ਦੇ ਵਿੱਚ ਕੇਵਲ ਇੱਕ ਹੀ ਹੋ ਜਾਵੇ ਅਤੇ ਜਿਹੜਾ ਜ਼ੋਰ ਹੈ ਸਰੀਰਕ ਲੰਗਰ ਦੀ ਥਾਂ ਜਾਂ ਤਨ ਦਾ ਜਿਹੜਾ ਸਰੀਰ ਨੂੰ ਲੋੜ ਆ ਉਹਦੀ ਥਾਂ ਜਿਹੜਾ ਮਾਨਸਿਕ ਤੌਰ 'ਤੇ ਗਿਆਨ ਦੇ ਲੰਗਰ ਦੀ ਲੋੜ ਹੈ ਉਹਦੇ 'ਤੇ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਦਿੱਤਾ ਜਾਵੇ। ਤਾਂ ਇਸ ਸੰਬੰਧੀ ਏਕਤਾ ਸੰਬੰਧੀ ਪਹਿਲਾਂ ਇੱਕ ਉਪਰਾਲਾ ਸਾਡੀ ਕਮੇਟੀ ਬਣੀ ਹੈ, ਉਹਦੇ ਵੱਲੋਂ ਕੀਤਾ ਵੀ ਜਾ ਚੁੱਕਾ, ਜਿਵੇਂ ਸਪੀਕਰ ਪਹਿਲਾਂ 6 ਗੁਰਦੁਆਰਾ ਸਾਹਿਬਾਨ ਸੀ ਉਹਨਾਂ ਦੇ ਵਿੱਚ ਹੀ ਰੋਜ਼ਾਨਾ ਚੱਲਦੇ ਸੀ, ਤਾਂ ਸਾਰੀਆਂ ਕਮੇਟੀਆਂ ਦੇ ਨਾਲ ਗੱਲ ਕਰਕੇ ਬਕਾਇਦਾ ਰਜਿਸਟਰ 'ਤੇ ਮਤਾ ਪਾ ਕੇ ਹੁਣ
ਗੁਰਦੁਆਰਾ ਸਾਹਿਬ ਦੇ ਸਪੀਕਰ ਹੈ ਜਿਹੜੇ ਬਾਹਰੀ ਸਪੀਕਰ ਹੈ ਉਹਨਾਂ ਤੋਂ ਹਰ ਇੱਕ ਗੁਰਦੁਆਰਾ ਸਾਹਿਬ ਨੂੰ ਪੰਜ ਪੰਜ ਛੇ ਛੇ ਦਿਨ ਤਰੀਕਾਂ ਵਾਈ ਦਿੱਤੇ ਗਏ ਅਤੇ ਬਹੁਤ ਵਧੀਆ ਚੱਲ ਰਿਹਾ ਅਤੇ ਇਹ ਉਪਰਾਲਾ ਵੀ ਜੋ ਸਾਂਝ ਪੰਜਾਬ ਟੀ ਵੀ ਵੱਲੋਂ ਕੀਤਾ ਜਾ ਰਿਹਾ ਇਹ ਮੈਨੂੰ ਬਹੁਤ ਵਧੀਆ ਲੱਗਿਆ ਵੀ ਸਾਰੇ ਜਿਹੜੇ ਮੋਹਤਵਾਰ ਵਿਅਕਤੀ ਆ ਸਮੁੱਚੀਆਂ ਕਮੇਟੀਆਂ ਸਮੁੱਚੇ ਗੁਰਦੁਆਰਾ ਸਾਹਿਬਾਨ ਦੀਆਂ ਉਹਨਾਂ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੀਟਿੰਗ ਦਾ ਹੋਰ ਘੇਰਾ ਵਧਾ ਕੇ ਇੱਕ ਦੋ ਜਾਂ ਤਿੰਨ ਮੀਟਿੰਗਾਂ ਦੇ ਵਿੱਚ ਹੈ ਇਹ ਹੱਲ ਕੀਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਅਤੇ ਬਹੁਤ ਵਧੀਆ ਇਹ ਜਿਹੜੇ ਨੁਕਤੇ ਲੈ ਕੇ ਤੁਰਿਆ ਸੰਜਾਬ ਸਾਂਝ ਪੰਜਾਬ ਟੀ ਵੀ ਵਧੀਆ ਲੱਗੇ ਅਸੀਂ ਹਰ ਪੱਖੋਂ ਇਹਨਾਂ ਨੂੰ ਸਹਿਯੋਗ ਦੇਣ ਨੂੰ ਤਿਆਰ ਹੈ ਨਗਰ ਕੀਰਤਨ ਵੀ ਇੱਕ ਕਰਨ ਦੇ ਲਈ ਗੁਰਦੁਆਰਾ ਸਾਹਿਬਾਨ ਵੀ ਜਾਤਾਂ ਦੇ ਆਧਾਰ 'ਤੇ ਨਹੀਂ ਚਲੋ ਖੇਤਰਾਂ ਦੇ ਆਧਾਰ 'ਤੇ ਵਸੋਂ ਵੱਡੀ ਆ ਉਸ ਆਧਾਰ 'ਤੇ ਗਿਣਤੀ ਚਲੋ ਹੋ ਸਕਦੀ ਹੈ ਪਰ ਜਾਤ ਆਧਾਰ ਤਾਂ ਨਹੀਂ ਹੋਣੇ ਚਾਹੀਦੇ ਇਹ ਗੁਰੂ ਸਾਹਿਬਾਨ ਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ ਪਹਿਲਾਂ ਜੋ ਸਿਧਾਂਤ ਸੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰੇ ਸੀ ਅਸੀਂ ਉਸ ਤੋਂ ਹੀ ਥਿੜਕ ਗਏ ਹਾਂ ਅਤੇ ਬਾਕੀ ਗੱਲਾਂ ਤਾਂ ਬਹੁਤ ਪਿੱਛੇ ਰਹਿ ਗਈਆਂ ਫਿਰ ਸੋ ਇਹ ਜਿਹੜੇ ਜੋ ਵੀ ਜਾਂ ਹੋਰ ਆਰਥਿਕ ਪੱਖੋਂ ਹੈ ਜਾਂ ਖੇਤੀ ਵਾਲੇ ਮੁੱਦੇ ਹੈ ਸਾਰਿਆਂ 'ਤੇ ਇਹਨਾਂ ਨੂੰ ਸਹਿਯੋਗ ਦੇਣ ਦੇ ਲਈ ਅਸੀਂ ਹਰ ਪੱਖੋਂ ਤਿਆਰ ਹੈ ਸਮੁੱਚੇ ਜੋ ਵੀ ਇਹ ਮੁੱਦੇ ਚੁੱਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮਾਸਟਰ ਜਗਰੂਪ ਸਿੰਘ ਜੀ ਤੋਂ ਵਿਚਾਰ ਸੁਣਿਆ ਕਿ ਵੀ ਇਕੱਲੇ ਜਿਸਮ ਦੀ ਭੁੱਖ ਮਿਟਾਉਣ ਦੀ ਬਜਾਏ ਆਪਾਂ ਨੂੰ ਜਿਹੜੀ ਰੂਹ ਦੀ ਖੁਰਾਕ ਆ ਗੁਰੂ ਸਾਹਿਬ ਨੇ ਬਖਸ਼ੀ ਸੀ ਵੀ ਉਹ ਵੀ ਪਟਾਉਣੀ ਚਾਹੀਦੀ ਆ ਸੋ ਸਾਨੂੰ ਇਹ ਗਿਆਨ ਹੋਇਆ ਕਿ ਆਪਣੇ ਪੰਜੇ ਪਿੰਡਾਂ ਵਿੱਚ ਵੀ ਇੱਕ ਨਗਰ ਕੀਰਤਨ ਦੀ ਜ਼ਰੂਰਤ ਆ ਉਹ ਟਰਨ ਬਾਈ ਟਰਨ ਹੋਵੇ ਹਰ ਸਾਲ ਅਗਲਾ ਗੁਰਦੁਆਰਾ ਅਗਲੇ ਗੁਰਦੁਆਰੇ ਦੀ ਵਾਰੀ ਹੋਵੇ ਇਸ ਤਰ੍ਹਾਂ ਆਪਣਾ ਜਾਣ ਪਛਾਣ ਵੀ ਵਧੇਗੀ ਅਤੇ ਜਿਹੜਾ ਵੀ ਆਪਾਂ ਵੰਡੇ ਬੈਠੇ ਹਾਂ ਮੈਂ ਸੁੱਖ ਕਿਣੀ ਜਾਣਾ ਮੈਂ ਮੱਲ ਕਿਣੀ ਜਾਣਾ ਅਤੇ ਸਾਰੀ ਉਹ ਵੀ ਖਤਮ ਹੋ ਜਾਏਗੀ ਜਦੋਂ ਆਪਾਂ ਨਗਰ ਕੀਰਤਨ ਲੈ ਕੇ ਚੱਲਾਂਗੇ ਤਾਂ ਆਪਾਂ ਜੁੜ ਜਾਵਾਂਗੇ ਸਭ ਤੋਂ ਜਿਹੜਾ ਧਰਮ ਆ ਇੱਕ ਮੇਨ ਗੁਰੂ ਸਾਹਿਬ ਨੇ ਆਪਾਂ ਨੂੰ ਰਾਹ ਦਿੱਤਾ ਜੁੜਨ ਦਾ ਸੋ ਇਸ ਤਰ੍ਹਾਂ ਵੀ ਅਸੀਂ ਇਹ ਸਿੱਟੇ 'ਤੇ ਪਹੁੰਚੇ ਹਾਂ ਵੀ ਚਲੋ ਗੁਰਦੁਆਰਾ ਸਾਹਿਬ ਤਾਂ ਹੁਣ ਵੀ ਵੱਡੇ ਲੈਵਲ 'ਤੇ ਕੋਈ ਗੱਲਬਾਤ ਹੋ ਕੇ ਮਸਲੇ ਹੱਲ ਹੋ ਸਕਦੇ ਆਪਾਂ ਘੱਟੋ ਘੱਟ ਇੱਕ ਜਿਹੜਾ ਲੰਗਰਾ ਨਗਰ ਕੀਰਤਨ 'ਤੇ ਤਿੰਨ ਟਾਈਮ ਹੋਵੇ ਇੱਕ ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਅਤੇ ਜਦੋਂ ਆਪਣੇ ਵਾਰੀ ਵਾਰੀ ਆਈ ਗੁਰਦੁਆਰਿਆਂ ਦੀ ਹਰ ਗੁਰਦੁਆਰਾ ਹਰ ਵਾਰ ਨਗਰ ਕੀਰਤਨ ਕਰੇਗਾ ਉਹਦੀ ਸਟੇਅ ਐਟੋਮੈਟਿਕ ਵੱਧ ਜਾਣੀ ਆ ਇਸ ਲਈ ਉਹ ਸਟੇਅ ਮੁਤਾਬਕ ਜਿੱਥੇ ਜਾਊ ਦੁਪਹਿਰੇ ਸਵੇਰੇ ਅਤੇ ਸ਼ਾਮ ਨੂੰ ਵੀ ਉੱਥੇ ਪ੍ਰਬੰਧ ਕੀਤਾ ਜਾਵੇ ਨਾ ਕਿ ਵੀ ਸਾਰਾ ਦਿਨ ਆਪਾਂ ਇਹੀ ਦੇਖਦੇ ਰਹੀ ਫਲਾਨੇ ਪੜਾਅ 'ਤੇ ਆਹ ਚੀਜ਼ ਆਈ ਫਲਾਨੇ ਪੜਾਅ 'ਤੇ ਆਹ ਚੀਜ਼ ਆ ਸੋ ਇਸ ਕਰਕੇ ਅਸੀਂ ਸਭ ਤੋਂ ਅੱਜ ਇਹ ਅਹਿਮ ਮੁੱਦਾ ਧਰਮ ਤੋਂ ਚੁੱਕਿਆ ਅਤੇ ਸੋ ਸਾਨੂੰ ਆਸ ਆ ਕੇ ਦਰਸ਼ਕ ਸਾਡੇ ਨਾਲ ਸਹਿਮਤ ਹੋਣਗੇ ਆਪਾਂ ਜਿਹੜਾ ਅੱਜ ਕੱਲ੍ਹ ਹੁਣ ਲਵਾਈ ਦੇ ਸਮੇਂ ਵਿੱਚ ਮਜ਼ਦੂਰੀ ਦਾ ਰੌਲਾ ਪੈ ਚੁੱਕਿਆ ਕਈ ਪਿੰਡਾਂ ਵਿੱਚ ਕਈ ਪਿੰਡ ਕਹਿੰਦੇ ਵੀ ਇੰਨਾ ਬੰਨੋ ਕਈ ਕਹਿੰਦੇ ਆ ਇੰਨਾ ਬੰਨੋ ਅਤੇ ਆਪਾਂ ਇਹ ਗੱਲਬਾਤ ਸੁਣਨ ਲਈ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨਾਲ ਵੀ ਗੱਲ ਕਰਾਂਗੇ ਵੀ ਉਹ ਕੀ ਚਾਹੁੰਦੇ ਆ ਉਹਨਾਂ ਦੇ ਕੀ ਵਿਚਾਰ ਆ ਇਹ ਸਾਡੇ ਸਿਰਫ ਵਿਚਾਰ ਆ ਅਪਣਾਉਣੇ ਨਾ ਅਪਣਾਉਣੇ ਅੱਗੇ ਸਮਾਜ ਦੀ ਮਰਜ਼ੀ ਆ ਅਸੀਂ ਕਿਸੇ 'ਤੇ ਕੋਈ ਜੁਰਮਾਨਾ ਨਹੀਂ ਲਾਉਂਦੇ ਕੋਈ ਬੰਦਸਾ ਨਹੀਂ ਲਾਉਂਦੇ ਸਰਦਾਰ ਪੱਪਾ ਸਿੰਘ ਜੀ ਆਪਾਂ ਨੂੰ ਇਸ ਬਾਰੇ ਇੱਕ ਦੋ ਮਿੰਟ ਲਈ ਕੁਝ ਗੱਲਾਂ ਸਾਂਝੀਆਂ ਕਰਨਗੇ ਜਿੰਨੀਆਂ ਉਹ ਚਾਹੁੰਗੇ ਜੋ ਕਿਸੇ ਵੀ ਕਿਸਾਨ ਨੇ ਜਦ ਵੀ ਕਿਸੇ ਦੁਕਾਨਦਾਰ ਤੋਂ ਚੀਜ਼ ਖਰੀਦੀ ਹੁੰਦੀ ਹੈ ਤਾਂ ਉਸਦਾ ਹੱਕ ਬਣਦਾ ਹੈ ਕਿ ਉਹ ਟਾਈਮ ਸਿਰ ਪੇਮੈਂਟ ਕਰੇ ਅਤੇ ਦੂਸਰਾ ਮਸਲਾ ਉੱਠਿਆ ਸੀ ਜੋ ਕਿ ਇੱਕ ਲੀਟਰ ਸਪਰੇਅ ਦੇ ਪਿੱਛੇ ਕਈ ਵਾਰੀ ਜੋ ਯੂਨੀਅਨ ਆ ਵੀ ਦੁਕਾਨ ਦੇ ਅੱਗੇ ਧਰਨਾ ਲਾ ਦਿੰਦੀ ਹੈ ਜਦਕਿ ਉਹ ਪ੍ਰੋਡਕਟ ਕਿਸੇ ਕੰਪਨੀ ਦਾ ਹੁੰਦਾ ਉੱਥੇ ਵੀ ਜਥੇਬੰਦੀ ਦਾ ਸਿਰਫ ਇੱਕ ਹੀ ਮਕਸਦ ਹੁੰਦਾ ਕਿ ਜੋ ਕੜੀ ਚੱਲਣੀ ਹੈ ਉਹ ਦੁਕਾਨਦਾਰ ਤੋਂ ਸ਼ੁਰੂ ਹੋਣੀ ਹੈ ਜਦੋਂ ਦੁਕਾਨਦਾਰ ਕੋਈ ਦੱਸ ਦਿੰਦਾ ਵੀ ਇਹ ਖੰਬੜੀ ਕੰਪਨੀ ਦਾ ਬ੍ਰਾਂਡ ਹੈ ਅਸੀਂ ਅਸਲ 'ਚ ਜੇ ਕੋਈ ਇਸ ਤਰ੍ਹਾਂ ਦਾ ਮਸਲਾ ਆਉਂਦਾ ਅਸੀਂ ਉਸ ਬਿੱਲ 'ਤੇ ਦੁਕਾਨਦਾਰ ਦੀ ਦੁਕਾਨ ਮੂਹਰੇ ਧਰਨਾ ਨਹੀਂ ਲਾਉਂਦੇ ਅਸੀਂ ਜੋ ਖੇਤੀਬਾੜੀ ਦੇ ਅਧਿਕਾਰੀ ਹੈ ਜਾਂ ਸਾਡੇ ਇਸ ਦੇ ਜ਼ਿੰਮੇਵਾਰ ਅਫਸਰ ਹੁੰਦੇ ਹੈ ਉਹਨਾਂ ਦੇ ਬਾਰ 'ਚ ਬੈਠੀ ਦਾ ਜਾ ਕੇ ਵੀ ਆਹ ਫਲਾਨੀ ਕੰਪਨੀ ਦਾ ਬ੍ਰਾਂਡ ਸੀ ਉਸ ਦੇ ਨਾਲ ਆਹ ਨੁਕਸਾਨ ਹੋ ਗਿਆ ਜਾਂ ਉਸ ਨੇ ਆਹ ਕੰਮ ਨਹੀਂ ਕੀਤਾ ਅਤੇ ਇਸ ਕੰਪਨੀ 'ਤੇ ਕਾਰਵਾਈ ਕੀਤੀ ਜਾਵੇ ਛੇਤੀ ਕੀਤਿਆਂ ਕਿਸੇ ਦੁਕਾਨਦਾਰ ਦੇ ਅੱਗੇ ਧਰਨਾ ਨਹੀਂ ਲਾਇਆ ਜਾਂਦਾ ਹਾਂ ਜੇ ਕਿਸੇ ਤਰ੍ਹਾਂ ਦਾ ਕੋਈ ਹੋਰ ਕਿਸੇ ਦਾ ਵੱਖਰਾ ਡਿਸਪਿਊਟ ਹੋ ਸਕਦਾ ਪਰ ਸਾਡੀ ਜਥੇਬੰਦੀ ਵੱਲੋਂ ਆਮ ਕਰਕੇ ਇਸ ਲਈ ਜੋ
जुम्मेवार अफसर है, भावे खेती विभाग हो वण विभाग ज किसी भी तरह का, उस दे विरुद्ध ज उस दे प्रति जो उन्होंने फर्ज आ उन्होंने सचेत कराया जाता है, पर छेती कि दुकान के अगे धरना चो नहीं लाया जाता। एक असी धरत होर सवाल पूछा सी कि जे कोई किसान किसी दुकानदार के पैसे मुकरदा उहदे कोल प्रोपर बिल आ प्रोपर उन्होंने कोल रोजनाम च आ की उन्हां नाल हुण जथेबंदी खड़ेगी? हाँ जी हाँ, जो कोई भी दुकानदार के पैसे किसान मुकरदा ये बहुत गलत है। जिहड़ा साडी जथेबंदी है ये ना किसी बैंक नाल ना किसी आढ़तीए नाल इस मसले पिछे टकरा नहीं लेंदे, ना असी अज कहने भी दुकान ते बिल मुकरो जां बिल ना भरो जां बैंकां दीआं किस्तां ना मोड़ो। हाँ, लड़ाई रेट की खातर साडी लड़ाई लगातार चलती है, असी हरेक साल लगभग ये संघर्ष चलाने कि जिहड़े साडे फसलां दे रेट है वह सानू सही मिलने चाहिए है, साडी फसल का बीमा सानू मिलना चाहिए है। तो जो किसान है जिन्हें देश की खातर इन्ना टाइम कम किया हों उसनू पेंशन लगनी चाहिए है। साडी लड़ाई इन्हां तीन मुख मंगां ते हुंदी है, तो जे ये चीज़ां सानू मिल जांदियां खासकर स्वामीनाथन कमीशन की रिपोर्ट लागू हो जाती है तो हाथी के पैर में आने वाली सारिया गल्लां हो जांदियां, तो फिर ना तो किसी दुकानदार नाल ना किसी मजदूर नाल ना किसी होर सरकारी अधिकारी अफसर नाल सानू टकरा लैण की लोड़ नहीं, क्योंकि उस नाल हरेक दुकानदार नू आपदा हक मिलू। जे किसान खुशहाल होया ਤਾਂ ਮਤਲਬ ਨਹੀਂ ਹੈ ਕਿ ਜਦੋਂ ਕਿਸੇ ਦੇ ਘਰੇ ਪੈਸੇ ਹੋਣ ਤਾਂ ਉਹ ਦੁਕਾਨਦਾਰ ਨੂੰ ਚਬਕਾਊਗਾ, ਉਹ ਹੱਸ ਕੇ ਉਹਦੇ ਪੈਸੇ ਮੋੜੂ, ਅਸਲ ਤਾਂ ਨਕਦ ਹੀ ਚੱਲੂਗਾ, ਅਤੇ ਨਕਦ ਨਹੀਂ ਤਾਂ ਟਾਈਮ ਸਿਰ ਹਰੇਕ ਪਹੁੰਚਦੇ ਕਰੂਗਾ। ਮਜ਼ਦੂਰ ਨੂੰ ਵੀ ਜੇ ਹੁਣ ਆਪਾਂ 300 ਰੁਪਈਆ ਦਿਹਾੜੀ ਦਿੰਦੇ ਹਾਂ ਤਾਂ ਰੋ ਕੇ ਆਪਾਂ ਦਿਹਾੜੀ ਲਿਆਉਂਦੇ ਬੰਦੇ ਨੂੰ ਅਣਸਰਦੇ ਨੂੰ, ਅਤੇ ਜੇ ਉਹ ਚੀਜ਼ ਲਾਗੂ ਹੁੰਦੀ ਹੈ ਤਾਂ ਜੋ ਕਿਸਾਨ ਹੈ ਮਜ਼ਦੂਰ ਨੂੰ 1000 ਰੁਪਈਆ ਦਿਹਾੜੀ ਵੀ ਹੱਸ ਕੇ ਦੇਊਗਾ, ਕਿਉਂਕਿ ਉਸ ਦਾ ਉਸਨੂੰ ਜੋ ਹੱਕ ਹੈ ਉਹ ਮਿਲ ਜਾਣਾ। ਸੋ ਇਹ ਸਾਡੀ ਜਥੇਬੰਦੀ ਤਾਂ ਇਸ ਗੱਲ 'ਤੇ ਖੜੀ ਆ ਕਿ ਜੋ ਕਿਸਾਨ ਦੇ ਰੇਟ ਆ ਉਹ ਉਹਨੂੰ ਸਹੀ ਮਿਲਣੇ ਚਾਹੀਦੇ ਆ। ਪਹਿਲਾਂ ਸੂਚਕ ਅੰਕਲਾਂ ਜੁੜੇ ਹੋਏ ਸੀ, ਇਹਨਾਂ ਨੇ ਤੋੜੇ ਆ, ਬਹੁਤ ਗਲਤ ਕੀਤਾ। ਜੇ ਸੂਚਕ ਅੰਕਲਾਂ ਜੁੜੇ ਰਹਿੰਦੇ ਤਾਂ ਸਾਰੀਆਂ ਸਮੱਸਿਆਵਾਂ ਖਤਮ ਸੀ, ਪਰ ਜੋ ਸਵਾਮੀਨਾਥਨ ਕਮਿਸ਼ਨ ਦਾ ਭਾਇਆ ਉਹ ਸਰਕਾਰੀ ਕਮਿਸ਼ਨ ਹੈ, 2 ਸਾਲ ਦੀ ਮਿਹਨਤ ਤੋਂ ਬਾਅਦ ਉਹਨੇ ਰਿਪੋਰਟ ਦਿੱਤੀ ਹੈ, ਅਤੇ ਉਹ ਜੇ ਲਾਗੂ ਹੋ ਜਾਂਦੀ ਤਾਂ ਉਸ ਨਾਲ ਸਾਰੇ ਵਰਗਾਂ ਦਾ ਫਾਇਦਾ ਹੈ। ਪਰ ਸਰਕਾਰਾਂ ਦੀਆਂ ਨੀਤੀਆਂ ਇਹ ਜੋ ਵੱਖ ਵੱਖ ਵਰਗ ਆ ਉਹਨਾਂ ਨੂੰ ਇਸ ਪ੍ਰਤੀ ਗੁੰਮਰਾਹ ਕਰਦੇ ਆ, ਗੁੰਮਰਾਹ ਕਰਕੇ ਉਹਨਾਂ ਨੂੰ ਪਤਾ ਵੀ ਜੇ ਇਹ ਲਾਗੂ ਹੋ ਜਾਂਦੀ ਹੈ ਮਜ਼ਦੂਰ ਅਤੇ ਕਿਸਾਨ ਜੇ ਪੈਰਾਂ ਸਿਰ ਹੋ ਜਾਂਦੇ ਆ ਤਾਂ ਉਹ ਪੜ੍ਹ ਲਿਖ ਜਾਣਗੇ, ਅਤੇ ਜੇ ਪੜ੍ਹ ਲਿਖ ਗਏ ਤਾਂ ਉਹ ਆਪਣੇ ਹੱਕ ਪ੍ਰਤੀ ਸੁਚੇਤ ਹੋ ਜਾਣਗੇ। ਸੋ ਸਰਕਾਰਾਂ ਕਿਸਾਨ ਅਤੇ ਮਜ਼ਦੂਰ ਨੂੰ ਪੜ੍ਹਨਾ ਪੜ੍ਹਾਉਣਾ ਅਤੇ ਪੜ੍ਹਾਈ ਵਾਲੇ ਪਾਸੇ ਨਹੀਂ ਜਾਣ ਦੇਣਾ ਚਾਹੁੰਦੀਆਂ, ਇਸ ਕਰਕੇ ਉਹਨਾਂ ਦੀ ਨੀਤੀ ਹੈ ਕਿ ਇਹਨਾਂ ਨੂੰ ਦਬਾ ਕੇ ਰੱਖਿਆ ਜਾਵੇ, ਇਸ ਕਰਕੇ ਉਹ ਜੋ ਕਿਸਾਨ ਆ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਲਾਗੂ ਨਹੀਂ ਕਰ ਰਹੀ। ਅਸੀਂ ਇਸ ਬਾਰੇ ਦੁਕਾਨਦਾਰ ਵੀਰਾਂ ਤੋਂ ਗੁਰਪ੍ਰੀਤ ਸਿੰਘ ਸਿੱਧੂ ਨਾਲ ਵਿਚਾਰ ਚਰਚਾ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਮਾਸਟਰ ਜਗਰੂਪ ਸਿੰਘ ਜੀ ਤੋਂ ਇੱਕ ਸਵਾਲ ਪੁੱਛਦੇ ਹਾਂ। ਪਹਿਲਾਂ ਆਪਣੀ ਧਰਮ ਦੇ ਮੁੱਦੇ 'ਤੇ ਗੱਲ ਹੋ ਗਈ, ਹੁਣ ਆਪਾਂ ਆਉਂਦੇ ਹਾਂ ਖਰਚਿਆਂ 'ਤੇ। ਚਲੋ ਖੁਸ਼ੀਆਂ 'ਚ ਤਾਂ ਆਪਾਂ ਕਿਹੜੀ ਖਰਚਾ ਕਰ ਦਿੰਦੇ ਹਾਂ, ਜਿਹੜੇ ਅੱਜ ਦੀਆਂ ਮਰਗਾਂ ਉਹ ਵੀ ਵਿਆਹ ਨਾਲ ਟੱਪ ਗਈਆਂ। ਇੱਕ ਆਮ ਜੇ ਬਜ਼ੁਰਗ ਮਰ ਜਾਂਦਾ ਹੈ ਉਹ 'ਤੇ ਘੱਟੋ ਘੱਟ ਐਵਰੇਜ ਲਾਈਏ ਵੀ 4 ਲੱਖ ਰੁਪਈਆ ਖਰਚਾ ਆਉਂਦਾ, ਅਤੇ ਜੇ ਕੋਈ ਅਣਹੋਣੀ ਹੋ ਜੇ ਵੀ ਉੱਥੇ ਵੀ 1-1.5 ਲੱਖ ਦਾ ਖਰਚਾ ਆ ਜਾਂਦਾ। ਜਿਹੜੇ ਵੀ ਮੌਤ ਤਾਂ ਮੌਤ ਹੀ ਆ, ਇੱਕ ਜੀ ਜਾਂਦਾ ਕੋਈ ਆਉਂਦਾ ਨਹੀਂ। ਕੀ ਆਪਾਂ ਜਗਰੂਪ ਸਿੰਘ ਮਾਟਰ ਜੀ ਤੋਂ ਪੁੱਛਾਂਗੇ ਵੀ ਇਹ ਖਰਚੇ ਕਰਨੇ ਜਾਇਜ਼ ਆ ਅਤੇ ਇਹਦਾ ਕੋਈ ਹੱਲ ਹੋ ਸਕਦਾ? ਹਾਂਜੀ, ਮਰਗ ਤੋਂ ਪਹਿਲਾਂ ਤਾਂ ਆਪਾਂ ਵਿਆਹ ਬਾਰੇ ਜੇ ਗੱਲ ਕਰੀਏ ਤਾਂ ਵਿਆਹਾਂ 'ਤੇ ਵੀ ਜਿਹੜੇ ਨਜਾਇਜ਼ ਖਰਚੇ ਹੋ ਰਹੇ ਆ ਇਹ ਵੀ ਜਾਇਜ਼ ਨਹੀਂ ਹੈਗੇ, ਥੋੜ੍ਹੇ ਖਰਚਿਆਂ ਦੇ ਵਿੱਚ ਵੀ ਵਿਆਹ ਹੋ ਜਾਂਦੇ ਆ। ਅਸੀਂ ਆਪਣਾ ਕਹਿ ਦਿੰਦੇ ਹਾਂ ਵੀ ਨੱਕ ਨਹੀਂ ਰਹਿੰਦਾ, ਉਹਦੀ ਖਾਤਰ ਕਰਜ਼ੇ ਚੜ੍ਹਾ ਲੈਂਦੇ ਹਾਂ ਅਤੇ ਮੁੜ ਕੇ ਫਿਰ ਉਹਨੂੰ ਲਾਉਂਦਿਆਂ ਲਾਉਂਦਿਆਂ ਨੱਕ ਤਾਂ ਫਿਰ ਵੀ ਨਹੀਂ ਰਹਿੰਦਾ। ਅਤੇ ਮੈਂ ਟਾਈਮ ਨੂੰ ਮੁੱਖ ਰੱਖਦਿਆਂ ਸੰਖੇਪ ਦੇ ਵਿੱਚ ਹੀ ਹੁਣ ਦੂਜੇ ਪਾਸੇ ਆਵਾਂ। ਜਦੋਂ ਮਰਗ ਦੀ ਗੱਲ ਹੁੰਦੀ ਹੈ ਤਾਂ ਜੇ ਆਪਾਂ ਸਵਾਲ ਕਰੀਏ ਕਿਸੇ ਨੂੰ ਵੀ ਲੱਡੂ ਕਦੋਂ ਪਕਾਏ ਜਾਂਦੇ ਆ ਤਾਂ ਸਾਰਿਆਂ ਦਾ ਜਵਾਬ ਹੋਊਗਾ ਵਿਆਹ ਵੇਲੇ। ਅਤੇ ਮੁੜ ਕੇ ਦੂਜਾ ਸਵਾਲ ਇਹ ਵੀ ਫਿਰ ਮਰਗ ਦੇ ਵਿੱਚ ਵੀ ਇਹ ਲੱਡੂ ਕਿਉਂ ਹੋ ਰਹੇ ਆ? ਇਹ ਵੀ ਆਪਦਾ ਜਿਹੜਾ ਅਸਲ ਦੇ ਵਿੱਚ ਆ ਹੋਛੇਪਣ ਦੀ ਨਿਸ਼ਾਨੀ ਆ, ਇਹ ਕਿਸੇ ਵੀ ਧਰਮ ਦੇ ਵਿੱਚ ਨਹੀਂ ਆਉਂਦਾ ਵੀ ਕੋਈ ਘਰੋਂ ਬੰਦਾ ਚੱਲਿਆ ਜਾਵੇ ਅਤੇ ਫਿਰ ਉੱਥੇ ਲੱਡੂ ਜਲੇਬੀਆਂ ਪਕੌੜੇ ਜਾਂ ਇਸ ਤਰ੍ਹਾਂ 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 ਦੇ ਲਜੀਜ਼ ਖਾਣੇ ਲਾਏ ਜਾਣ।
ये ठीक है भी दूरों दूरों संगत आई हुंदी है परिवार के दुख मनाउण दी खातर, उन्हां दे लई दुपहर के खाने की लोड़ हुंदी है, लंगर की लोड़ हुंदी है। और सादा दाल प्रशादे का लंगर है जिहड़ा, वो अपनी मर्यादा बनी भी सी उही होना चाहिए। हुण पता नहीं क्यों भी एक तो एक अगे या होर रिश्तेदार कहिंदे आ भी करना ही पऊगा, इह तां इह वड्डा करना है। असल दे विच वड्डा पहले ही हो जाए तो वधिया, भी जिउंदे बजुर्गों की वधिया सेवा संभाल की जाए, उदों वधिया कपड़े लियांदे जाण, उदों उन्हां नूं फल फ्रूट आ जिहड़े उन्हां दे डाक्टर की सलाह के अनुसार दिते जाण, ते वधिया दवाइयां दित्तियां जाण। वह पैसे जिहड़े बाद दे विच उहदे जाण तों बाद लाउणे आ, गुरबाणी दसदी आ भी गिआं तों बाद पैसे लाउण दा कोई फायदा नहीं। ਇਹ ਐਵੇਂ ਲੋਕਾਂ ਦੇ ਵਿੱਚ ਹੁਸ਼ਾਪਣ ਦਿਖਾਉਣ ਦੀ ਗੱਲ ਹੈ। ਅਤੇ ਜਿਉਂਦੇ ਬਜ਼ੁਰਗਾਂ ਦੀ ਸੰਭਾਲ ਕੀਤੀ ਜਾਵੇ, ਜਿਉਂਦਿਆਂ ਨੂੰ ਵਧੀਆ ਦਵਾਈਆਂ ਵਧੀਆ ਫਲ ਫਰੂਟ ਹੈ ਖੁਰਾਕ ਦਿੱਤੀ ਜਾਵੇ, ਰਹਿਣ ਸਹਿਣ ਦੇ ਲਈ ਕੱਪੜੇ ਸਾਰਿਆਂ ਨੂੰ ਪਹਿਲਾਂ ਦਿੱਤੇ ਜਾਣ, ਤਾਂ ਜਿਉਂਦਿਆਂ ਦੀ ਸੇਵਾ ਕਰ ਲਈ ਜਾਵੇ। ਨਹੀਂ ਇਸ ਤਰ੍ਹਾਂ ਜਿਹੜੇ ਆਹ ਜਿਹੜੇ ਬਾਕੀ ਦੇ ਰੌਲੇ ਆ ਵੀ ਦੁਕਾਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ, ਹੋਰ ਹੈ, ਇਹ ਇੱਥੋਂ ਹੀ ਪੈਂਦੇ ਆ ਵੀ ਆਪਾਂ ਇਹ ਨਜਾਇਜ਼ ਖਰਚੇ ਵਧਾ ਲਏ ਆ। ਅਤੇ ਜਿਹੜੇ ਆਪਣੇ ਫਰਜ਼ ਬਣਦੇ ਆ ਜਾਂ ਬਗਾਨੇ ਹੱਕਾਂ ਨੂੰ ਫਿਰ ਅਸੀਂ ਦੱਬਦੇ ਹਾਂ, ਇਹਨਾਂ ਨੂੰ ਵੀ ਇਹ ਗੱਲਾਂ ਜਿਹੜੀਆਂ ਜਾ ਕੇ ਕਿਤੇ ਨਾ ਕਿਤੇ ਜੁੜ ਜਾਂਦੀਆਂ ਵੀ ਹੋਰ ਨਜਾਇਜ਼ ਖਰਚੇ ਜਦੋਂ ਅਸੀਂ ਕਰਦੇ ਹਾਂ ਤਾਂ ਜਿੱਥੇ ਸਾਡੇ ਹੱਕ ਫਰਜ਼ ਬਣਦੇ ਆ, ਜਿਨ੍ਹਾਂ ਦੇ ਲੋੜਵੰਦਾਂ ਦੀ ਸਹਾਇਤਾ ਵੀ ਦੀ ਆ ਗੱਲ ਆ ਗਈ, ਜਾਂ ਦੁਕਾਨਦਾਰਾਂ ਦੀ, ਜਾਂ ਜੋ ਵੀ ਅਸੀਂ ਜਿੱਥੋਂ ਵਸਤੂਆਂ ਲਿਆ ਕੇ ਵਰਤਦੇ ਹਾਂ ਵੀ ਉਹਨਾਂ ਨਾਲ ਪੂਰਾ ਪੂਰਾ ਉਤਰ ਗਏ, ਤਾਂ ਇਹ ਵੀ ਇੱਕ ਉਹਦੇ ਨਾਲ ਹੀ ਜੁੜਦਾ ਪੁਆਇੰਟ ਵੀ ਜਦੋਂ ਨਜਾਇਜ਼ ਖਰਚੇ ਹੁੰਦੇ ਆ ਤਾਂ ਕਰਕੇ ਅਸੀਂ ਇੱਧਰਲੇ ਪਾਸੇ ਕਈ ਵਾਰੀ ਪੂਰਾ ਨਹੀਂ ਉਤਰਦੇ, ਤਾਂ ਨੱਕ ਤਾਂ ਉਦੋਂ ਵੀ ਵੱਢਿਆ ਜਾਂਦਾ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ। ਸੋ ਲੋੜ ਆ ਬਜ਼ੁਰਗਾਂ ਨੂੰ ਜਿਉਂਦਿਆਂ ਨੂੰ ਸੰਭਾਲਣ ਦੀ, ਬਾਅਦ ਦੇ ਵਿੱਚ ਜਿਹੜੇ ਅਸੀਂ ਇਸ ਤਰ੍ਹਾਂ ਖਾਣੇ ਪਰੋਸਦੇ ਹਾਂ, ਇਹ ਕਿਸੇ ਵੀ ਧਰਮ ਦੀ ਮਰਿਆਦਾ ਇਹ ਇਜਾਜ਼ਤ ਨਹੀਂ ਦਿੰਦੀ, ਇਹਨਾਂ ਤੋਂ ਅਸੀਂ ਗਰੇਜ਼ ਕਰੀਏ। ਇੱਕ ਅੱਗੇ ਆਮ ਬੁੜੀਆਂ ਦਾ ਵਿਚਾਰ ਸੀ ਵੀ ਫਲਾਨੀ ਕੁੜੀ ਨਹੀਂ ਆਈ ਸੀ ਵੀ ਫਲਾਨੀ ਕੁੜੀ ਨਹੀਂ ਆਈ ਤੇ ਮੂੰਹ ਦੇਖਣ ਰਹਿ ਗਈ, ਪਰ ਜਦੋਂ ਦਾ ਕਰੋਨਾ ਚੱਲਿਆ ਤੇ ਪਰਿਵਾਰ ਤੋਂ ਬਣਾ ਤੇ ਮੂੰਹ ਦਾ ਕਿਸੇ ਨੇ ਵੀ ਨਹੀਂ ਦੇਖਿਆ ਤੇ ਮੁੜਿਆ ਕੋਈ ਵੀ ਹੈ ਨਹੀਂ। ਸੋ ਇੱਥੇ ਸੋਚਣ ਦੀ ਇੱਕ ਗੱਲ ਆ ਵੀ ਆਪਾਂ ਇਹ ਖਰਚਾ ਕਿਵੇਂ ਘਟਾਉਣਾ। ਸਾਡੇ ਵਿਚਾਰ ਅਨੁਸਾਰ ਵੀ ਅੰਤਮ ਸੰਸਕਾਰ ਤੇ ਕੁਝ ਤੁਸੀਂ ਆਪਦੇ ਰਿਸ਼ਤੇਦਾਰ ਆਪਣੇ ਪਿੰਡ ਵਾਸੀਆਂ ਨੂੰ ਬੁਲਾਓ, ਤੇ ਜੇ ਜਿਹੜੇ ਫੁੱਲ ਆਪਣੇ ਗੰਗਾ ਜਾਂ ਹਰਿਦੁਆਰ ਜਾਂ ਹੋਰ ਕਿਤੇ ਆਪਾਂ ਪਾਈ ਜਾਂਦੇ ਹਾਂ ਤੇ ਗੁਰਬਾਣੀ ਕਹਿੰਦੀ ਆ ਵੀ ਨਾਮ ਜਪਣ ਤੋਂ ਬਿਨਾਂ ਇਹ ਸਰਵ ਕਰਮ ਕਾਂਡ ਆ, ਜੇ ਤੁਹਾਨੂੰ ਕੋਈ ਸਹਾਇਕ ਹੋਣੀ ਆ ਤਾਂ ਉਹ ਜਿਉਂਦੇ ਲਾਈਵ ਲਾਈਫ ਨਾ ਉਹਨੇ ਤਾਰਨਾ ਤੇ ਫੁੱਲ ਦਾ ਭਾਵੇਂ ਕਿੱਥੇ ਮਰਜ਼ੀ ਪਾ ਦਿਓ। ਆਦਰ ਸਤਿਕਾਰ ਜ਼ਰੂਰੀ ਹੈ, ਇਹ ਨਹੀਂ ਜ਼ਰੂਰੀ ਵੀ ਤੁਸੀਂ 500 ਕਿਲੋਮੀਟਰ ਤੁਰੀ ਜਾਓ। ਵੀ ਸਾਡੀ ਸਲਾਹ ਜਿਹੜੇ ਵੀ ਬਜ਼ੁਰਗ ਦੇ ਫੁੱਲ ਆ ਜਾਂ ਕਿਸੇ ਦੇ ਫੁੱਲ ਆ ਉਹਨੂੰ ਤੁਸੀਂ ਆਪਣੇ ਖੇਤਾਂ 'ਚ ਜਾਂ ਜਿਵੇਂ ਕੋਈ ਮਜ਼ਦੂਰ ਆ ਸਾਂਝੀ ਜਗ੍ਹਾ 'ਤੇ ਰਾਮ ਬਾਗ ਵਿੱਚ ਵੀ ਮਿੱਟੀ 'ਚ ਦੱਬ ਕੇ ਉੱਤੇ ਦਰਖਤ ਲਾਓ, ਇਸ ਤਰ੍ਹਾਂ ਨਾਲੇ ਤਾਂ ਦਰਖਤ ਵੱਧ ਜਾਣਗੇ, ਨਾਲੇ ਜਿਹੜੀ ਪੋਟਾਸ਼ ਹੁੰਦੀ ਆ ਆਪਣੇ ਹੱਡਾਂ 'ਚ ਉਸ ਨਾਲ ਵੀ ਦਰਖਤ ਬਹੁਤ ਸੋਹਣਾ ਬਣਦਾ। ਅਤੇ ਹੁਣ ਬਹੁਤ ਫੈਮਲੀਆਂ 'ਤੇ ਕਰਨ ਲੱਗ ਗਈਆਂ ਵੀ ਰੁੱਖ ਲਾਉਣ ਲੱਗ ਗਈਆਂ ਅਤੇ ਆਪਾਂ ਨੂੰ ਇਸ ਤਰ੍ਹਾਂ ਬਦਲਣਾ ਪੈਣਾ, ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਜਿਹੜਾ ਇਕੱਠਾ ਸਿਰਫ ਅੰਤਮ ਸੰਸਕਾਰ 'ਤੇ ਕੀਤਾ ਜਾਵੇ। ਅਤੇ ਇੱਥੇ ਇੱਕ ਬਹੁਤ ਵੱਡਾ ਹੋਰ ਸਵਾਲ ਆ ਵੀ ਇੱਕੋ ਇੱਕ ਵਿਸਾ ਜਿੱਥੇ ਦੋ ਅਰਦਾਸਾਂ ਹੁੰਦੀਆਂ, ਇੱਕ ਤਾਂ ਘਰੇ ਪਾਠੀ ਸਿੰਘ ਕਹਿ ਦਿੰਦਾ ਵੀ ਅੰਤਮ ਅਰਦਾਸ ਕਰਤੀ ਵੀ ਹੁਣ ਜਾਣੀ ਕਿ ਮਾਮਲਾ ਸਮਾਜ ਤੌਰ 'ਤੇ ਕਲੀਅਰ ਆ। ਇਹਦੂ ਬਾਅਦ ਲਗਭਗ ਤਾਂ 11:15 ਇੱਥੇ ਫਿਰ ਆਪਣੇ ਨਗਰ ਕੀਰਤਨ ਗੁਰੂ ਘਰ ਚੱਲ ਪੈਂਦਾ, ਅਤੇ ਜਿਹਦੀ ਅੰਤਮ ਅਰਦਾਸ ਲਗਭਗ 12:15 1:30 ਕਰ ਦਿੱਤੀ ਜਾਂਦੀ ਆ। ਉੱਥੇ ਫਿਰ ਅਰਦਾਸ ਕੀਤੀ ਜਾਂਦੀ ਆ ਕਿ ਇਹ ਵੀ ਨਰਾਦਰ ਹੀ ਨਹੀਂ ਆਪਣੇ ਸਿੱਖ ਧਰਮ ਦੀ ਗੁਰੂ ਦੀ ਵੀ ਇੱਕ ਗੱਲ ਨੂੰ ਤੁਸੀਂ ਦੋ ਵਾਰੀ ਰਿਪੀਟ ਕਰੋ, ਇੱਕ ਬੰਦੇ ਦਾ ਭੋਗ ਦੋ ਵਾਰੀ ਪਾਓ। ਅਸੀਂ ਇਹ ਗੱਲ ਨਾਲ ਸਹਿਮਤ ਨਹੀਂ, ਅਸੀਂ ਚਾਹੁੰਦੇ ਹਾਂ ਵੀ ਜਿਹੜਾ ਅੰਤਮ ਅਰਦਾਸ ਆ ਉਹ ਸਿਰਫ ਘਰ ਹੀ ਹੋਵੇ, ਉਸ ਵਿੱਚ ਸਿਰਫ ਤੁਹਾਡੀ ਨਿੱਜੀ ਫੈਮਿਲੀ ਅਤੇ ਨੇੜੇ ਦੇ ਰਿਸ਼ਤੇਦਾਰ ਜਿਵੇਂ ਧੀਆਂ ਪੁੱਤ ਹੋ ਗਏ, ਬੇਟੀਆਂ ਚੱਲ ਬਾਹਰ ਕਿਤੇ ਵਿਆਹਾਂ ਉਹ ਸੱਦ ਲਓ, ਭੈਣਾਂ। ਅਤੇ ਕਈ ਵਾਰੀ ਸੋਚਿਆ ਜਾਂਦਾ ਵੀ ਐਵੇਂ ਨਾਨੀ ਦੀ ਕਢਾਣੀ ਦੱਬੀ ਫਿਰਦੇ ਆ, ਆਉਣ ਵਾਲੇ ਦਾ ਹੀ ਖਰਚ ਹੁੰਦਾ। ਕਈ ਵਾਰੀ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ ਵੀ ਤੂਫਾਨ 'ਚ ਭੋਗ ਤੋਂ ਆਏ ਪਰਿਵਾਰ ਦਾ ਐਕਸੀਡੈਂਟ ਹੋਇਆ, ਵੀ ਜਦੋਂ ਆਪਾਂ ਇਹੋ ਜਿਹੇ ਕੰਮ ਹੀ ਨਾ ਵਿੱਢੋ ਵੀ ਆਪਣਾ ਪਰਿਵਾਰ ਆਪਣੇ ਘਰ ਵੀ ਸਾਰਾ ਕੰਮ ਨਿਬੇੜ ਲਓ। ਇਕੱਲੇ ਵਿਆਹ ਜ਼ਰੂਰੀ ਆ ਵੀ ਜਿੱਥੋਂ ਪ੍ਰਾਣੀ ਜਾਂਦਾ ਉਹਦਾ ਸੱਕਾ ਸੰਬੰਧੀ ਉਹਨੂੰ ਜ਼ਰੂਰ ਘਰਾਂ ਤੋਰਨਾ ਆਵੇ। ਇਹਦੇ ਪਿੱਛੇ ਕਾਰਨ ਕੀ ਆ
ਵੀ ਜਦੋਂ ਆਪਾਂ ਰਾਮ ਵਿੱਚ ਰਾਮ ਬਾਗ ਵਿੱਚ ਜਾਂਦੇ ਹਾਂ ਉੱਥੇ ਮੈਂ ਖਤਮ ਹੁੰਦੀ ਆ ਅਤੇ ਪਰਮਾਤਮਾ ਇੱਕ ਜ਼ਰੂਰ ਯਾਦ ਆਉਂਦਾ ਅਤੇ ਅੰਤ ਨੂੰ ਹਸਰਾਪਣਾ ਹੋਣਾ ਤਾਂ ਇਹੀ ਆ ਅਤੇ ਮੌਤ ਤਾਂ ਹਰੇਕ ਦੀ ਲਿਖੀ ਵੀ ਆ ਇਸ ਲਈ ਇਹ ਤਾਂ ਹੋਣਾ ਚਾਹੀਦਾ ਵੀ ਉੱਥੇ ਜਿਹਨੇ ਜਾਣਾ ਵੱਡੀ ਗਿਣਤੀ 'ਚ ਨਾ ਜਾਵੇ ਛੋਟੀ ਗਿਣਤੀ ਜਾਵੇ ਅਤੇ ਜਿਹੜੇ ਆ ਫੁੱਲਾਂ ਵਾਲੇ ਆ ਅਤੇ ਆ ਭੋਗ ਵਾਲੇ ਐਵੇਂ ਟਕਵਾਂਜ ਗਜੇ ਰਚੇ ਵੇ ਆ ਵੀ ਉਹ ਸਭ ਐਵੇਂ ਸਾਨੂੰ ਤਾਂ ਵੀ ਚਾਹੀਦਾ ਨਹੀਂ ਆਪਣੇ ਵੀ ਮਾਸਟਰ ਜਗਰੂਰ ਸਿੰਘ ਨੇ ਕਿਹਾ ਵੀ ਨੱਕ ਤਾਂ ਫਿਰ ਉਦੋਂ ਵੀ ਵੱਢਾ ਜਾਂਦਾ ਜਦੋਂ ਬੈਂਕ ਵਾਲੇ ਜਾਂ ਵੀ ਦੁਕਾਨ ਵਾਲੇ ਬਾਹਰ ਜਾ ਕੇ ਹਾਰਨ ਮਾਰ ਦਿੰਦੇ ਆ ਸੋ ਆਪਾਂ ਨੂੰ ਇਹ ਸੰਭਲ ਦੀ ਲੋੜ ਆ ਹੁਣ ਆਪਾਂ ਬਾਈ ਗੁਰਪ੍ਰੀਤ ਸਿੰਘ ਜੰਗੀਆਣਾ ਤੋਂ ਪੁੱਛਾਂਗੇ ਵੀ ਜੇਕਰ ਉਹ ਆਪਾਂ ਨੂੰ ਕਿਸਾਨ ਆਪਣੇ ਨਾਲ ਸਹੀ ਡੀਲ ਕਰਦੇ ਆ ਵੀ ਆਪਾਂ ਨੂੰ ਨਗਦ 'ਤੇ ਆਉਂਦੇ ਆ ਕੀ ਦੁਕਾਨਦਾਰ ਉਹਨਾਂ ਦੀ ਸਹਾਇਤਾ ਲਈ ਕੁਝ ਰੇਟ ਘਟਾਉਣ ਲਈ ਵੀ ਸੋਚ ਸਕਦੇ ਆ ਕੁਛ ਪਰਸੈਂਟੇਜ ਵੀ ਉਹਨਾਂ ਨੂੰ ਡਿਸਕਾਊਂਟ ਦਿੱਤਾ ਜਾਵੇ ਹਾਂਜੀ ਬਿਲਕੁਲ ਜਿਵੇਂ ਬਾਈ ਅੰਗਰੇਜ਼ ਨੇ ਕਿਹਾ ਸੀ ਵੀ ਆਪਣਾ ਪੜ੍ਹਾਈ ਹੋਣੀ ਚਾਹੀਦੀ ਹੈ ਮਜ਼ਦੂਰ ਨੂੰ ਕਿਸਾਨ ਦੇ ਪੁੱਤਰ ਨੂੰ ਪੜ੍ਹਨਾ ਚਾਹੀਦਾ ਹੈ ਕਦੇ ਵਾਸਤੇ ਮੇਰੇ ਖਿਆਲ 'ਚ ਜਿਹੜਾ ਸਾਡੇ ਨਾਲ ਰਿਲੇਟਡ ਹੈ ਜਿਵੇਂ ਅਸੀਂ ਜਿਹੜੀ ਅਸੀਂ ਦੁਕਾਨਦਾਰੀ ਕਰਦੇ ਹਾਂ ਅਸੀਂ ਕਦੇ ਨਹੀਂ ਚਾਹਾਂਗੇ ਕਿ ਜ਼ਿਮੀਂਦਾਰ ਦੇ ਕਦੇ ਫਸਲ ਘੱਟ ਹੋਵੇ ਜਾਂ ਉਹਨੂੰ ਆਮਦਨੀ ਘੱਟ ਹੋਵੇ ਕਿਉਂਕਿ ਜੇ ਉਹਨਾਂ ਦੇ ਬੱਚੇ ਖੁਸ਼ ਰਹਿਣਗੇ ਤਾਂ ਹੀ ਸਾਡੇ ਹੈ ਜੇ ਉਹ ਸੁਖੀ ਹੈ ਤਾਂ ਹੀ ਅਸੀਂ ਸੁਖੀ ਹਾਂ ਅੱਛਾ ਜੇ ਉਹਨਾਂ ਦੇ ਬੱਚੇ ਨਹੀਂ ਪੜ੍ਹਨਗੇ ਆਮਦਨ ਉਹਨਾਂ ਕੋਲ ਘੱਟ ਆ ਤਾਂ ਸਾਡੇ ਵੀ ਨਹੀਂ ਪੜ੍ਹ ਪਾਉਣਗੇ ਕਦੇ ਵੀ ਮੇਰਾ ਖਿਆਲ ਤਾਂ ਇਹੀ ਹੈ ਕਿਉਂਕਿ ਅਸੀਂ ਵੀ ਇਹਨਾਂ ਦੇ ਨਾਲ ਹੀ ਹਾਂ ਅਸੀਂ ਇਹਨਾਂ ਤੋਂ ਹੀ ਕਮਾਉਣਾ ਹੈ ਠੀਕ ਹੈ ਅੱਛਾ ਇਹਨਾਂ ਦੇ ਨਾਲ ਹੀ ਜਿੰਨਾ ਚਿਰ ਇਹ ਚੱਲਣਗੇ ਉਨਾ ਚਿਰ ਹੀ ਅਸੀਂ ਚੱਲਾਂਗੇ ਜਦੋਂ ਇਹ ਬੰਦ ਹੋ ਗਏ ਅਸੀਂ ਇਹਨਾਂ ਤੋਂ ਪਹਿਲਾਂ ਬੰਦ ਹੋ ਜਾਣਾ ਬਾਈ ਗੁਰਪ੍ਰੀਤ ਸਿੰਘ ਸਿੱਧੂ ਨੇ ਅਹਿਮ ਸਵਾਲ ਜਗਾਇਆ ਕਿ ਜੇ ਸਾਡਾ ਵੈਂਟੀਲੇਟਰ ਆ ਉਹ ਕਿਸਾਨ ਆ ਵੀ ਅਸੀਂ ਕਿਸਾਨ ਨਾਲ ਕਿਵੇਂ ਧੋਖਾ ਕਮਾ ਸਕਦੇ ਹਾਂ ਵੀ ਕਿਹੜੀ ਯੂਨੀਅਨ ਆ ਸਾਡੇ ਬਾਰਾਂ ਜਾ ਕੇ ਬਹਿ ਜਾਂਦੀਆਂ ਵੀ ਅਸੀਂ ਨਹੀਂ ਚਾਹੁੰਦੇ ਕਿਹੜੀ ਕੰਪਨੀ ਦਾ ਆਉਂਦਾ ਪ੍ਰੋਡਕਟ ਸੀਲ ਬੰਦ ਹੁੰਦਾ ਵੀ ਕਿਸਾਨ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਪ੍ਰੋਪਰ ਬਿੱਲ ਦਿੱਤਾ ਜਾਂਦਾ ਹੈ ਅਤੇ ਫਿਰ ਵੀ ਜਿਹੜੀ ਆਮ ਕਿਸਾਨ ਯੂਨੀਅਨ ਆ ਉਹ ਰਾਗਾ ਕੇ ਦੁਕਾਨਦਾਰ ਹੀ ਨੱਪਦਾ ਵੀ ਇੱਥੋਂ ਹੀ ਕੁਛ ਲੱਭੂਗਾ ਕਿਉਂ ਤਕੜੀਆਂ ਕੰਪਨੀਆਂ ਤੱਕ ਤਾਂ ਉਹਨਾਂ ਦੀ ਪਹੁੰਚ ਹੈ ਨਹੀਂ ਕਿਹਦੇ ਕੋਲ ਐਡੀ ਪਾਵਰ ਆ ਵੀ ਦਿੱਲੀ ਉਹਨਾਂ ਦੇ ਹੈੱਡ ਆਫਿਸ ਜਾ ਕੇ ਧਰਨਾ ਲਾ ਲੂ ਜਾਂ ਬੰਬੇ ਜਾ ਵੜੂ ਇਹ ਤਾਂ ਇੱਥੋਂ ਜਿਹੜੇ ਲੋਕਲ ਦੁਕਾਨਦਾਰ ਆਪਣੀ ਮੰਡੀਆਂ ਦੇ ਜਾਂ ਪਿੰਡਾਂ ਦੇ ਉਹਨਾਂ 'ਤੇ ਜਾ ਕੇ ਧਰਨੇ ਲਾ ਲੈਂਦੇ ਆ ਵੀ ਚਲੋ ਉਹਨਾਂ ਨੂੰ ਮਜ਼ਬੂਰੀ ਬਸ ਕੁਛ ਨਾ ਕੁਛ ਕੰਪਰੋਮਾਈਜ਼ ਕਰਨਾ ਪੈਂਦਾ ਜੋ ਇੱਕ ਬਹੁਤ ਗਲਤ ਰੁਝਾਨ ਬਣਦਾ ਜਾ ਰਿਹਾ ਇੱਕ ਮੈਂ ਇੱਥੇ ਨਿੱਕੀ ਜਿਹੀ ਹੋਰ ਗੱਲ ਜੋੜਨਾ ਚਾਹੁੰਦਾ ਵੀ ਆਪਣੇ ਕਿਸਾਨ ਨੂੰ ਇੱਕ ਕਿੱਲੇ ਦੀ ਕੀਮਤ ਹੈਗੀ ਹੁਣ ਵਾਹਣ ਦੀ 15 ਲੱਖ ਤੋਂ ਲੈ ਕੇ 20-25 ਲੱਖ ਰੁਪਈਆ ਚੱਲ ਮੰਨ ਲਓ ਅਤੇ ਲੋਨ ਕਿੰਨਾ ਮਿਲਦਾ 50,000 ਜਾਂ 60,000 ਅਤੇ ਜਿਹੜੀਆਂ ਦੁਕਾਨਾਂ ਜ਼ਿਮੀਂਦਾਰਾਂ ਦੇ ਮੁੰਡਿਆਂ ਦੀਆਂ ਸੇਠਾਂ ਦੀਆਂ ਜਿਹੜੇ ਸਪਰੇਅ ਦੇ ਲਾਇਸੈਂਸ ਆ ਪਹਿਲਾਂ ਬਣਦੇ ਹੁੰਦੇ 150 ਰੁਪਈਏ 'ਚ ਹੁਣ ਇਹਦਾ ਰੇਟ ਸ਼ਹਿਰੀ ਹੈਗਾ 1700 ਰੁਪਈਆ ਅਤੇ ਪਿੰਡਾਂ 'ਚ ਕੁਝ ਘੱਟ ਹੈ 2,750 ਰੁਪਈਆ ਅਤੇ ਜੇ ਅਸੀਂ ਸਹੀ ਲੈਣ ਦੇਣ ਕਰੀ ਜਾਂਦੇ ਹਾਂ ਆਮ ਇੱਕ ਦੁਕਾਨਦਾਰ ਦੀ ਲਿਮਿਟ 25 ਲੱਖ ਦੀ ਹੋ ਜਾਂਦੀ ਆ ਇਹਦੇ ਪਿੱਛੇ ਸੋਚਣ ਦੀ ਗੱਲ ਕੀ ਆ ਵੀ ਆਮ ਇੱਕ ਸੋਚਿਆ ਜਾਂਦਾ ਵੀ ਕਿਸਾਨ ਵੀਰ ਸੋਚਦਾ ਹੀ ਆਏ ਹਾਂ ਆਪਾਂ ਕਿਹੜਾ ਭਰਨੇ ਹਾਂ ਅਤੇ ਬਾਕੀ ਕਈ ਵਾਰੀ ਕੋਈ ਡਿਫਾਲਟਰ ਹੋ ਜਾਂਦਾ ਉੱਥੇ ਜਾ ਕੇ ਕਿਸਾਨ ਯੂਨੀਅਨ ਅੜ ਜਾਂਦੀ ਆ ਵੀ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਕਿਸਾਨ ਯੂਨੀਅਨਾਂ ਨੇ ਕਿਸਾਨ ਨੂੰ ਉਠਾਉਣ ਦੀ ਬਜਾਏ ਉਹਨੂੰ ਗਲਤ ਰਾਹ ਪਾ ਕੇ ਡਾਊਨ ਕਰਦਾ ਵੀ ਕਿਉਂ ਅੱਜ ਕਿਸਾਨਾਂ ਨੂੰ ਕੋਈ ਬੈਂਕ ਲੋਨ ਦੇਣ ਲਈ ਤਿਆਰ ਨਹੀਂ ਮੈਂ ਵੀ ਕਿਸਾਨ ਦਾ ਸੰਬੰਧ ਤਾਂ ਕਿਸਾਨ ਦਾ ਪੁੱਤਰਾਂ ਖੇਤੀ ਕਰਦਾ ਅਤੇ ਇਸ ਤਰ੍ਹਾਂ ਵੀ ਮੈਂ ਵੀ ਲਿਮਟਾਂ ਵੀ ਲੈ ਕੇ ਦੇਖੀਆਂ ਅਤੇ ਅਸੀਂ ਬੈਂਕ ਦੀਆਂ ਵੀ ਸਾਰਿਆਂ ਜਿਹੜੀਆਂ ਲਿਮਟਾਂ ਬਾਰੇ ਪਤਾ ਕੀਤਾ ਵੀ ਕੀ ਫਰਕ ਆ ਅਸੀਂ ਬੈਂਕਾਂ ਦੇ ਮੈਨੇਜਰਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਤੁਸੀਂ ਆਮ ਦੁਕਾਨਦਾਰਾਂ ਨੂੰ ਸੇਠਾਂ ਨੂੰ ਤਾਂ ਸਿਰਫ 5-7 ਹਜ਼ਾਰ ਦੇ ਇੱਕ ਜਿਹੜਾ ਲਾਇਸੈਂਸ ਹੁੰਦਾ ਉਹ 'ਤੇ ਕਰੋੜਾਂ ਰੁਪਈਆਂ ਦੀ ਲਿਮਟ ਬੰਨ ਦਿੰਦੇ ਹੋ ਜਦਕਿ ਕਿਸਾਨ ਦੀ 25 ਲੱਖ ਦੀ ਪ੍ਰੋਪਰਟੀ 'ਤੇ 50,000 ਦਿੰਦੇ ਹੋ ਉਹ ਕਹਿੰਦੇ ਆ ਵੀ ਇੱਕੋ ਹੀ ਸੋਚਦਾ ਸਾਨੂੰ ਪਤਾ ਇਹ ਤਾਂ ਸਾਨੂੰ ਟਾਰਗੇਟ ਪੂਰੇ ਕਰਨੇ ਪੈਂਦੇ ਆ ਕਿਸਾਨ ਦੀ ਸੋਚ ਹੀ ਕਹਿੰਦੇ ਇਹ ਹੁੰਦੀ ਆ ਵੀ ਆਪਾਂ ਕਿਹੜਾ ਭਰ ਰਹੇ ਹਾਂ ਸੋ ਯੂਨੀਅਨ ਨੂੰ ਇਹ ਚਾਹੀਦਾ ਵੀ ਕਿਸਾਨ ਦੇ ਖਰਚੇ ਘਟਵਾਉਣ ਅਤੇ ਬੈਂਕਾਂ ਬਾਰੇ ਅਤੇ ਇਹ ਜਿਹੜਾ ਦੁਕਾਨਦਾਰਾਂ ਦੇ ਰੁਝਾਨ ਦਾ ਬਣਿਆ ਹੋਇਆ ਇਹਨਾਂ ਨੂੰ ਬਦਲਣ ਤਾਂ ਕਿ ਖੁੱਲ੍ਹ ਕੇ ਜਿਹੜੀਆਂ ਬੈਂਕਾਂ ਵੀ ਕਿਸਾਨਾਂ ਨੂੰ ਕਰਜ਼ੇ ਦੇਣ ਅਸਲੀ ਕਿਸਾਨ ਦਾ ਡੁੱਬਣ ਦਾ ਕਾਰਨ ਹੈਗਾ ਪਹਿਲਾਂ ਕਿਸਾਨਾਂ ਨੂੰ ਟਰੈਕਟਰ ਦੇਣੇ ਸ਼ੁਰੂ ਕੀਤੇ ਆ ਬੈਂਕਾਂ ਨੇ ਉਦੋਂ ਕਿਸਾਨਾਂ ਨੇ ਕਰਿਆ ਵੀ ਟਰੈਕਟਰ ਲੈਣਾ ਅਤੇ ਮੰਡੀ 'ਚ ਵੇਚਣਾ ਘਾਟੇ ਨਾਲ ਅਤੇ ਮੁੜ ਕੇ ਕਿਸ਼ਤਾਂ ਕੁਸ਼ਤਾਂ ਨੱਪ ਜਾਣਗੀਆਂ ਇਹ ਬਹੁਤ ਵੱਡੇ ਪੱਧਰ 'ਤੇ ਹੋਇਆ ਛੋਟੇ ਪੱਧਰ 'ਤੇ ਨਹੀਂ ਹੋਇਆ ਅਤੇ ਉਦੋਂ ਬਾਅਦ ਜਦੋਂ ਇਸ ਤਰ੍ਹਾਂ ਬੈਂਕਾਂ ਨਾਲ ਕਿਸ਼ਤਾਂ ਜਾਣੀ ਕਿ ਟੁੱਟਣ ਲੱਗ ਗਈਆਂ ਹੁਣ ਬਹੁਤ ਘੱਟ ਬੈਂਕਾਂ ਟਰੈਕਟਰ 'ਤੇ ਲੋਨ ਕਰਦੀਆਂ ਫਿਰ ਇੰਜਨ ਬੋਰ ਅਤੇ ਮੱਛੀ ਪਲਾਂਟ ਡੈਰੀ ਵੀ ਹੁਣ ਲਗਭਗ ਕਿਸਾਨ ਨੂੰ ਇੱਕ ਲੋਨ ਦੇਣ ਤੋਂ ਬੈਂਕਾਂ ਨਾਲ ਡਰਦੇ ਆ ਇਹ ਸੱਚਾਈ ਆ ਇਹਨੂੰ ਕੋਈ ਝਠਲਾ ਨਹੀਂ ਸਕਦਾ ਹੋਇਆ ਕਿਹਦੇ ਕਰਕੇ ਆ ਇਹ ਕਿਸਾਨ ਯੂਨੀਅਨ ਦੀ ਜਿਹੜੀ ਗਲਤ ਸਹਿ ਦਿੱਤੀ ਜਾਂਦੀ ਹੈ ਕਿਸਾਨ ਨੂੰ ਸਾਰੀ ਉਹ ਜ਼ਿੰਮੇਵਾਰ ਆ ਆਪਾਂ ਇਸ ਬਾਰੇ ਅੰਗਰੇਜ਼ ਸਿੰਘ ਸਿੱਧੂ ਤੋਂ ਜਾਣਾਂਗੇ ਵੀ ਕਈ ਯੂਨੀਅਨ ਆ ਵੀ ਐਵੇਂ ਕਿਸਾਨਾਂ ਨੂੰ ਗਲਤ ਸਹਿ ਕਿਉਂ ਦੇ ਦਿੰਦੇ
जितों तक गलत सह का मसला है, पहला तो मैं जो गल चल रही है वध खर्चा की वो तो शॉर्ट थोड़ा जहा मैं दसना चाहना कि इस दे विच असल सच्चाई की है। जो हुण करोना का मसला चल रहा है, जो बजुर्ग है वह हुण भी एक्सपायर हो रहे हैं, ब्याह शादियों में हुण भी चल रही है। हुण जो कि बजुर्ग चढ़ाई कर जाता है तो पांच या सत्त जने जाते हैं तो उसका संस्कार कर दिता जाता है, उस तो बाद भोग भी दस ग्यारह बजे पा के वह भी पांच सत्त जने होंगे तो समाप्ति कर दी जाती है। इस तरह विआहां दा पांच या चार जने एक या दो गड्डियां ते जांदे आ तां विआह हो जांदा है। उही विआह वह हुंदा जिहड़ा एक दो करोड़ रुपया खर्च करके हुंदा, तो उही विआह यह है जो कुछ क हजारां नाल हो सकता है। तो जे हुण लॉकडाउन दे विच इह हो सकता है तो पहला सरकारां इस ते क्यों नहीं पाबंदी लाउंदियां। सो इस पिछे सोचण वाली गल इह आ, मैं दसनी चाहुंदा पहला तो जो ट्रैक्टर वाला मसला कि ट्रैक्टर वड्डे किसान लैंदे आ करजा चढ़दा है जां विआहां ते ज़्यादा खर्च करदे आ तां करजा चढ़दा है। हुण इहदे दूसरे पक्ष लो जिहड़ा वड्डा ट्रैक्टर है, हुण जिन्ने भी संद आ खेती दे चलण वाले वह 60 हॉर्स तो हॉर्स पावर तो घट ट्रैक्टर कोई नहीं चलता। जिहड़े यूनीवर्सिटी ने जां खेती विभाग ने संद दिते हुए आ, भावें उह झोना लाउण वाला भावें पराली सांभण वाला, तो उन्होंने पता भी जे असी वड्डे ट्रैक्टरां ते पाबंदी लाती तो जिहड़ा कणक जां झोने का झाड़ आ हुण पप्पा जी तो पुछांगे भी उन्हां दे परिवारां दे अजकल भी गुजारे किवें चलदे आ, किन्ने खर्चे वधे आ, भी उन्हां नूं लवाई दा रेट आ उह किन्ना जायज़ लगता है, कोई फिक्स नहीं साडा। साडा तां इक मतलब आ सिर्फ सलाह लैणी आ, असी कोई किसी बारे भी इह मता नहीं पाउणा। बेनती करदा भी इन्होंने तानाशाही तरीके लागू करने की कोशिश की, जेकर मजदूरां दी सहमति लै लैंदे तां हो सकदा मजदूर भी जायज की हल हो सकता, पक्का नहीं मनना एक जायज रेट कि ਸਾਡੀ ਜਥੇਬੰਦੀ ਨੇ ਹਜੇ ਮਜ਼ਦੂਰਾਂ ਨੂੰ ਡੀਲ ਵੀ ਨਹੀਂ ਕੀਤਾ ਇਸ ਮੁੱਦੇ ਤੇ। ਇਹ ਆਮ ਜਨਤਾ ਦਾ ਆਮ ਮਜ਼ਦੂਰਾਂ ਦੀ ਇਹ ਰਾਇ ਹੈ, ਜਿਹੜਾ ਸੀਗਾ ਪਿਛਲੇ ਸਾਲ 3400-3500 ਕਰੇਟ ਰਿਹਾ, ਹੋ ਸਕਦਾ ਹੈ ਜੇਕਰ ਆਹ ਗੱਲ ਨਾ ਸਾਹਮਣੇ ਆਉਂਦੀ ਤਾਂ ਥੋੜ੍ਹਾ ਵਧਣਾ ਸੀ। ਉਹਨਾਂ ਨੇ ਵੀ ਗੁੱਸੇ 'ਚ ਹੀ ਇਹ ਸ਼ਾਇਦ ਮੈਨੂੰ ਤਾਂ ਇਹ ਲੱਗਦਾ ਵੀ ਇਹ ਗੁੱਸੇ 'ਚ ਹੀ ਆ ਕੇ ਇਹ ਕੀਤਾ ਸਾਰਾ। ਚਲੋ ਆਪਾਂ ਔਖ ਸੌਖ 'ਚ ਇੱਕ ਦੂਜੇ 'ਤੇ ਕੰਮ ਆਉਣਾ ਵੀ ਇਸ ਤਰ੍ਹਾਂ ਆਪਾਂ ਨੂੰ ਨਹੀਂ ਚਾਹੀਦਾ। ਅੱਜ ਆਪਾਂ ਵੀ ਸਾਰਿਆਂ ਨਾਲ ਗੱਲਾਂ ਕਰਾਂਗੇ ਵੀ ਇਸ ਸਮੱਸਿਆਵਾਂ ਦਾ ਹੱਲ ਨਿਕਲ ਸਕੇ। ਹੁਣ ਆਪਾਂ ਇਸ ਮੁੱਦੇ ਬਾਰੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਆਗੂ ਅੰਗਰੇਜ਼ ਸਿੰਘ ਨਾਲ ਗੱਲ ਕਰਾਂਗੇ ਵੀ ਉਹਨਾਂ ਦਾ ਕੀ ਮੰਨਣਾ ਵੀ ਇਹ ਕਿੰਨਾ ਰੇਟ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਕਿਸ ਤਰ੍ਹਾਂ ਦੇ ਕਿਸਾਨਾਂ ਦੇ ਖਰਚੇ ਆ। ਜਿੱਥੋਂ ਤੱਕ ਮਜ਼ਦੂਰਾਂ ਦੇ ਮਜ਼ਦੂਰੀ ਦਾ ਸੰਬੰਧ ਹੈ, ਜਿਹੜੀਆਂ ਤਾਂ ਇਹ ਗੱਲਾਂ ਚੱਲ ਰਹੀਆਂ ਇਹ ਕੁਛ ਪਿਛਲੇ ਰੇਟ ਦੇ ਹਿਸਾਬ ਨਾਲ ਜਾਂ ਉਸ ਦਾ ਪੱਖ ਲੈ ਕੇ ਵਧਾਏ ਜਾਂਦੇ ਆ ਜਾਂ ਵਧੇ ਆ, ਪਰ ਇੱਕ ਕਿਸਾਨ ਆਗੂ ਦੇ ਤੌਰ 'ਤੇ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜੀ ਮਜ਼ਦੂਰੀ ਆ ਭਾਵੇਂ ਉਹ 4500 ਮੰਗੀ ਜਾ ਰਹੀ ਹੈ ਭਾਵੇਂ 5000, ਮੈਂ ਕਹਿੰਦਾ ਇਹ ਵੀ ਬਹੁਤ ਥੋੜ੍ਹੀ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਮਜ਼ਦੂਰ ਹੈ ਉਹ ਵੀ ਖੁਸ਼ਹਾਲ ਹੋਵੇ, ਕਿਸਾਨ ਵੀ ਖੁਸ਼ਹਾਲ ਹੋਵੇ। ਸਰਕਾਰ ਦਾ ਫਰਜ਼ ਬਣਦਾ ਕਿ ਉਹ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਮਜ਼ਦੂਰ ਨੂੰ ਭਾਵੇਂ ਸਾਡੇ ਕੋਲੋਂ 8000, ਭਾਵੇਂ 10000, ਭਾਵੇਂ 6000 ਝੋਨੇ ਦੀ ਲਵਾਈ ਦਵਾਵੇ,
पर स्वामीनाथन कमीशन की रिपोर्ट के मुताबिक होनी चाहिए है। फिर असी इस चीज ते खुश है क्योंकि उस नाल मजदूर का मजदूर नू भी हक मिलूगा ते किसान नू किसान का हक मिलूगा। अंग्रेज सिंह सिद्धू ने स्वामीनाथन की जो रिपोर्ट की गई सी उसके बारे विचार चर्चा की गई है। जो रिपोर्ट लागू होंगी है तो सब लिए फायदा होगा। चलो उस तो पहला भी आप विचार चर्चा करा भी ये स्थिति आप किवें संभालना है। हुण आप एक सांझा प्लेटफार्म पाल सिंह कल्याण सारे पक्षों तो अपन सिर्फ एक दो मिनट लिए अपने विचार पेश कर। हाँ जी, सब तो पहला मैं अज के चर्चा के पहुंचे सारे साथियों सत श्री अकाल। और मैं ये कहना चाहना मैं सांझे तौर पर आया क्योंकि सच कहना साडा फर्ज बनता है क्योंकि सच परमात्मा का पुत्र है, किसी कोई नहीं मार सकता। जेड़ा ये किसान यूनियन ने लिखती रूप दे विच फरमान जारी किया, मैं इस नूं मता नहीं कहांगा, मैं इस नूं तानाशाही फरमान कहांगा। किसान यूनियन कोले कोई भी पावर नहीं हैगी कि वह मजदूर तो अपनी मर्जी अनुसार लेबर दे के काम करवा सके। ये जिहड़ा जेकर किसान मेरे वीर इत्थे साथी बैठे है, मैं उन्हां कोले पुछना चाहना कि तुहानूं की अधिकार है कि तुसीं मजदूर तो अपनी मर्जी अनुसार लेबर दे के काम करवा सको। जेकर संविधान की किसी भी धारा दे विच लिखिया है कि मजदूर तो अपनी मर्जी अनुसार काम करवा सकदे हो, तो मैनूं एक जवाब दे देना, असीं मान लवांगे। चलो, पाल सिंह कल्याण ने अपने बलबले दसिया भी इन्हां तों आपां कुछ किसानां दे खर्चां बारे भी पुछांगे भी उह उहनां नूं किवें लगदा भी किसानां दी स्थिति इस टाइम की आ। देखो सारे किसान भीर ये कह रहे हैं कि किसान का अज करजे दे नाल लक टुट गया। मैं भी इस गल दे नाल सहमत हाँ कि किसान का करजे दे नाल लक टुटिया होया, पर किसान नूं ये भी सोचना चाहिए कि मजदूर का किसान का तो कला लक टुटिया तो मजदूर का अंग अंग टुटिया पे। कदे किसी ने मजदूर बारे सोचा? मजदूर बारे सोचा? किसानों नूं चाहिए, किसान यूनियन नूं चाहिए कि वह अपना संघर्ष करे, सरकार दे नाल लड़ाई करे। ਉਹ ਸਰਕਾਰ ਨੂੰ ਇਹ ਮੰਗਾਂ ਰੱਖੇ ਸਰਕਾਰ ਕੋਲੇ ਕਿ ਸਾਡੇ ਡੀਜ਼ਲਾਂ ਦੇ ਰੇਟ ਘਟਾਏ ਜਾਣੇ ਚਾਹੀਦੇ ਆ, ਰਿਹਾਂ ਸਪਰੇਹਾਂ ਦੇ ਰੇਟ ਘਟਾਉਣੇ ਚਾਹੀਦੇ ਆ, ਹੋਰ ਜਿਹੜੇ ਫਾਲਤੂ ਖਰਚੇ ਨੇ ਟੈਕਸ ਨੇ ਉਹ ਘਟਾਏ ਜਾਣੇ ਚਾਹੀਦੇ ਆ, ਪਰ ਮਜ਼ਦੂਰਾਂ ਦੀ ਮਜ਼ਦੂਰੀ ਘਟਾਉਣ ਦਾ ਕੀ ਕੰਮ? ਸੋ ਇਹ ਮਜ਼ਦੂਰਾਂ ਦੇ ਨਾਲ ਸਰੇਆਮ ਧੱਕਾ ਹੋ ਰਿਹਾ। ਮੈਂ ਇਸ ਜਿਹੜਾ ਇਹ ਮਤਾ ਇਹਦਾ ਵਿਰੋਧ ਕਰਦਾ। ਸ਼ੁਕਰੀਆ ਜੀ, ਧੰਨਵਾਦ ਪਾਲ ਸਿੰਘ ਕਲਿਆਣ। ਹੁਣ ਆਪਾਂ ਅੰਗਰੇਜ਼ ਸਿੰਘ ਤੋਂ ਸਿਰਫ ਇੱਕ ਅੱਧੇ ਮਿੰਟ ਲਈ ਇਹਦੀ ਆਪਾਂ ਰਿਪੀਟ ਪੁੱਛਾਂਗੇ। ਦੱਸੋ ਜੀ, ਤੁਹਾਡਾ ਕੀ ਵਿਚਾਰ? ਜਿਹੜਾ ਤਾਂ ਰੇਟ ਫਿਕਸ ਕਰਨ ਵਾਲਾ ਮਸਲਾ, ਜਿੱਥੋਂ ਤੱਕ ਜਥੇਬੰਦੀ ਦਾ ਹੈ, ਜਥੇਬੰਦੀ ਸਿਰਫ ਇੱਕ ਸਪੋਰਟ ਦੇ ਤੌਰ 'ਤੇ ਉੱਥੇ ਪਹੁੰਚੀ ਹੈ। ਜਿਹੜਾ ਮਤਾ ਸੀਗਾ ਆਮ ਕਿਸਾਨਾਂ ਦਾ, ਜਿਹੜੇ ਆਮ ਕਿਸਾਨ ਉੱਥੇ ਹਾਜ਼ਰ ਹੋਏ ਸੀ ਜਾਂ ਪੰਚਾਇਤਾਂ ਦੇ ਸਹਿਯੋਗ ਨਾਲ ਹਾਜ਼ਰ ਹੋਏ ਸੀ, ਉੱਥੇ ਸਾਰਿਆਂ 'ਤੇ ਵਿਊ ਦਿਓਗਾ ਵੀ ਪਿੱਛੇ ਕੀ ਰੇਟ ਸੀ। ਤਾਂ ਉਹਨਾਂ ਵੱਲੋਂ ਆਮ ਸੀ ਜਿਹੜਾ ਪਿੱਛੇ 2500 ਦਾ ਰੇਟ ਸੀਗਾ, ਅਤੇ 2500 ਤੋਂ ਬਾਅਦ ਲਗਭਗ 7.5-7.5% ਦੇ ਵਾਧੇ ਦੇ ਨਾਲ ਉਹਨਾਂ ਨੇ 3000 ਰੁਪਈਏ 'ਤੇ ਜੋ ਉਹ ਹੋਇਆ ਸੀਗਾ ਵੀ ਸ਼ਾਇਦ 3000 ਰੁਪਈਆ ਆਪਾਂ ਉਹ ਕਰਦੇ ਹੋ ਵੀ 7-7.5% ਦੇ ਕਰੀਬ ਵਾਧਾ ਹੋ ਰਿਹਾ, ਜਦਕਿ ਜਿਹੜਾ ਖੇਤੀ ਦਾ ਵਾਧਾ ਸਿਰਫ 2.5-3% ਹੈ। ਪਰ ਇਹ ਸਿਰਫ ਜਥੇਬੰਦੀ ਦਾ ਕੋਈ ਨਹੀਂ, ਨਾ ਜਥੇਬੰਦੀ ਦੀ ਲੈਟਰ ਪੈਡ 'ਤੇ ਮਤਾ ਪਿਆ ਹੋਇਆ, ਨਾ ਜਥੇਬੰਦੀ ਵੱਲੋਂ ਕੋਈ ਇਸ ਤਰ੍ਹਾਂ ਦਾ ਸਪੈਸ਼ਲ ਉਹ ਕੀਤਾ ਗਿਆ ਵੀ ਭਾਈ ਮਜ਼ਦੂਰਾਂ ਨੂੰ ਆਹ ਮਜ਼ਦੂਰੀ ਦੇਣੀ ਹੈ। ਇਹ ਸਾਰਾ ਆਮ ਕਿਸਾਨਾਂ ਦਾ ਕੱਟ ਸੀ, ਆਮ ਕਿਸਾਨਾਂ ਦਾ ਉਹ ਜੋ ਸਹਿਮਤੀ ਹੋਈ ਆ ਆਮ ਕਿਸਾਨਾਂ ਦੀ ਰਹਿ ਸੀ। ਠੀਕ ਆ ਜੀ, ਅੰਗਰੇਜ਼ ਸਿੰਘ ਸਿੱਧੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਨੇ ਆਪਣੇ ਬਿਆਨ ਦਿੱਤੇ ਆ। ਹੁਣ ਆਪਾਂ ਕਿਸਾਨ ਵੀਰਾਂ ਦਾ ਸਾਰੇ ਸਮਾਜ ਦਾ ਅਹਿਮ ਅੰਗ ਦੁਕਾਨਦਾਰ ਵੀਰਾਂ ਨੂੰ ਕਵਰ ਕਰਾਂਗੇ ਵੀ ਕਈ ਵਾਰੀ ਸਮੱਸਿਆ ਆ ਜਾਂਦੀ ਹੈ ਇਹਨਾਂ ਨੂੰ ਵੀ, ਜਿਹੜਾ ਆਧਾਰ ਆ ਉਹ ਜਾਣੀ ਕਿ ਇੱਕ ਰਿਵਾਜ਼ ਬਣ ਚੁੱਕਿਆ, ਇੱਕ ਇਹ ਸਹੂਲਤ ਸੀ ਜਿਸਦਾ ਹੁਣ ਕਈ ਲੋਕ ਨਜਾਇਜ਼ ਫਾਇਦਾ ਵੀ ਉਠਾਉਂਦੇ ਆ, ਕਈ ਕਈ ਸਾਲ ਪੈਸੇ ਨਹੀਂ ਮੋੜਦੇ, ਲਮਕਾਉਂਦੇ ਆ ਅਤੇ ਹੋਰ ਦੁਕਾਨ 'ਤੇ ਸਹਿਰਾਂ 'ਚ ਚਲੇ ਜਾਂਦੇ ਆ। ਸੋ ਇਸੇ ਮੁੱਦੇ 'ਤੇ ਕਿਸਾਨ ਦੀਆਂ ਸਮੱਸਿਆ ਦੇ ਨਾਲ ਨਾਲ ਦੁਕਾਨਦਾਰਾਂ ਦੀਆਂ ਸਮੱਸਿਆ ਨੂੰ ਲੈ ਕੇ ਸਾਡੇ ਨਾਲ ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਅਤੇ ਸੁਖਮੰਦਰ ਸਿੰਘ, ਸੁਖਵਿੰਦਰ ਸਿੰਘ ਖਾਲਸਾ,
हाजर ने। पहला आप सुखविंदर सिंह खालसा ते गुरप्रीत सिंह तो आप पुछते हैं भी जो किसान भीर या कोई भी सज्जन भीर समान लिजा के मुड़ के पैसे नहीं मोड़ता अगे चला जाता भी उन्हां बारे ये की कहना चाहते हैं जद कि आधार एक सहूलत बनया सी अज ये दुकानदार एक यह सराह बन चुके है वड्डे वड्डे घराने पैसे नहीं देंदे आम जिमीदारां दा तां कहने की आ। सो आपां कुछ विचार जाणांगे गुरप्रीत सिंह जंगीआणा तों। अपना जिमें भाई राम जी ने पूछा है भी जो असं आधार दिने किसानों वो एक है तो सहूलत है लेकिन लोग उसनों अपना हक समझते ये हम कहते किसान करजे हेठ दबिया गया। ठीक है अगे वो दुकानदार का थोड़ा जहा ध्यान रखना जे इस तरह ही चलिया यह बाली दूर नहीं गल कि दुकानदार किसान तो भी पहला बहुत थले दबिया जाना करजे। एक समान बेचना उहदे विचों थोड़ा जिहा कमिशन लेना थोड़ी कमाई करनी आपदा पेट पालन वास्ते ते उहदे विच कुछ कस्टमर इहो जिहे चंगे चंगे घर भी है वधिया कस्टमर वह भी पैसे देण पिछे बहुत ज़्यादा सानूं परेशान करदे आ। हाँ आपां भाई गुरप्रीत सिंह जी तों सुणिआ भी कई किसान राजदे पुछदे भी अजा लैंदे आ इवें अगे चले जांदे आ जो एक आधार दे के मुड़ के दुकानदार पछताउंदा नजायज फायदा उठाया जांदा है। सो आपां भाई गुरप्रीत सिंह जी जंगीआं तों इहदा हल पुछांगे भी जे किसान इस तरह करदे रहे तां भी उह क्लीयर या भी दुकानदार तां किनारे ते बैठिआ कोई इह इक पक्खा ही चलदा दिंदा ते सच्चाई दा थले होर ही आ। भाई जी तुसीं इस बारे की कहना चाहोगे? इस बारे किसान नूं आप नूं समझना पैणा जी नहीं तां फिर इह बिलकुल ही बंद होजू आधार किसी ने देना ही नहीं। जेकर आप दुकानदार पिछे कंपनी ने पेमेंट देगा तो कंपनी माल दे जाऊगी नहीं कि दिन दूर नहीं जो तो दुकानदार को मिले ना तो ज्यादा दुकान बंद करूगा जो फिर वो कोई हल ही नहीं जो दुकान बंद करूगा जो उधार बंद करूगा। भाई गुरप्रीत सिंह जी ने बहुत वधिया इहदा आंसर दिता भी दुकानदार को दो ऑप्शन होणगे जां उधार बंद करूगा तो जां दुकान बंद करूगा। मेरे हिसाब आधार बंद पहला होगा दुकान बंद हो ना हो। एक असी निजी तौर पर किसान यूनियन को मुद्दा उठाने वे कई बार देखा जाता है भी एक लीटर के स्परे पिछे जा एक बीज पैटक पिछे कई बार हो सकता भी किसान की अणगहली भी हो सकता तो कंपनी की अणगहली हो सकती है जाने के दुकानदार तो विचाले बैठा हों उन्हें घरे ना तो स्परे बनाई है ना उन्हें पीती है ना वह चबी आ ते सारा जूनियाना भंडा फोड़ दिंदा दुकानदार ते उन्हां दुकानां दे अगे जाके धरना ला लैंदे आ ते जद के जदों कई किसान वीर पैसे मुकर जांदे आ जिहदे सारे दुकानदारां कोले प्रूफ भी आ ते उन्हां बारे ओह जदों कोई जांदा दुकानदार भी क्यों नहीं बोलदे उन्हां नूं की सिर्फ इह किसानां दा पक्ष लैणगे कि दुकानदार ते होर समाज दा ही पक्ष लैणगे। सो आपां हुण किसान यूनियन सिद्धूपुरा दे आगू अंग्रेज सिंह तो इस बाब तो जाणांगे कि वह किसानां दी नाल नाल दुकानदारां नाल भी खड़नगे ते जे कोई दुकानदार दे पैसे नहीं दिंदा किसान जिहड़ा तां पैसे देण दा संबंध है ये बहुत गलत है। 30-35 क्विंटल ते है कणक दा 22-23 क्विंटल ते है तां इह कणक दा झाड़ 15 ते झोने दा 22-23 क्विंटल ते आजू क्योंकि 20-15 उस पावर का ट्रैक्टर है वह डूंगी नहीं वाही नहीं कर सकता तो उदो तो फिर उदा तो झाड़ उन्ना की होना है तो जिहड़ा हैगा व्याहां ते खर्चियां दा सरकार इहदे ते पाबंदी ला सकती है लाउंदी क्यों नहीं। एक मैरिज पैलेस है जो किसान दे मत्थे ते एक कलंक दे तौर ते इन्हां ने प्रदर्शन किया होया एक मैरिज पैलेस 4 महीने चलता 4 महीनों के एक महीने च जो 12 दिन चले तो एक दिन के आम देखिया होना मैं भी बहुत थाई वेख्या कि एक मैरिज पैलेस के गड्डिया देख लो जिहड़ियां किराए ते आईयां हुंदियां उन्हां दे ड्राइवर फिर जो स्टाल लगे हुंदे आ वख वख तरह के उस दे उत्ते काम करन वाले बंदे उस तो बाद वेटर उस तो बाद जो मूवी का जां होर काम करदे आ ये सारे पा के एक दिन के 500 लोगों एक मैरिज पैलेस जो रुजगार दिंदा जे 12 दिन चले वह
तो 6,000 बंदे नूं रुजगार देता, जे 4 महीने चलता तो 24,000 बंदे नूं ओह मैरिज पैलेस रुजगार दे दिंदा। पर सरकार वल्लों किसान दे मत्थे ते कलंक कीता होया, ते जे ओह रोक दिया तो जिहड़ा 24,000 बंदे नूं रुजगार मिलिया होया, सरकार उस 24,000 बंदे नूं रुजगार कित्थे देगा। हुण दूजे पासे एक फैक्टरी है, उहदे विच 50 बंदे लेबर दे कम करदे आ, 50 बंदिआं दे हिसाब नाल महीने दे विच जो 1,500 हो गया तो एक साल के 18,000। जिहड़ी फैक्टरी 18,000 बंदे नूं रुजगार दिंदी है उहनूं अरबा खरबा रुपइआं दी सबसिडी मिलदी है, क्योंकि वह रुजगार दिंदी है। तो जिहड़ा मैरिज पैलेस है ये 24,000 बंदे नूं रुजगार दिंदा है, पर यह कलंक दा कीता होया किसान नूं कि मत्थे ते कलंक है। जे सरकार वड्डे ट्रैक्टरां ते मैरिज पैलेसां ते पाबंदी लांदी है, इहदे च कोई शक नहीं किसान बच जू, पर जिहड़ा फसल की कटौती पेगी तो जिहड़ा रुजगार पक्षों लोग सड़कों पर आउणगे, इस दा सरकार कोले कोई इलाज नहीं। इस करके यह मैरिज पैलेस नहीं बंद करना चाहती, इस करके वड्डे ट्रैक्टरां तों किसानां नूं रोकणा नहीं चाहती। यह सरकार की चाल है कि किसान नूं दब्बी भी रखीए तो इस तों रुजगार भी लई जाइए। यह सोने का आंडा देने वाली मुर्गी है, यदा आंडा चक्की जा रखीए पर इहदी धौण ना भी रखीए। सरकार की नीति है, इस नीति के तहत ही यह काम करती है, इस नीति के तहत ही इन्हों की जो मजदूर ते किसान नूं टकराउण दी हैगी है। यह हरेक थां जिथे भी वसरा मिलता है उत्थे किसान ते मजदूर नूं टकराउण दी स्थिति लिआउंदी है। इत्थे भी यह सरकार की बहुत डूंघी नीति है, क्योंकि जे ये कट्ठे हो गए रल गए तो सरकार नूं गोडे दम कर लैणगे, ते जे सारे वक्खरे वक्खरे है तो सरकार नूं कुटणे सौखे है। इस करके जो सारा कुछ हुंदा सरकार दीआं नीतियां दे कारण है। जे सरकार चाहे तो सारे खर्चे रोक सकते हैं, पर सरकार नूं लोकां नूं रुजगार देना पऊगा। असीं अंग्रेज सिंह तों विचार सुणिया, पर जिहड़े साडा असली सवाल सी उह छड्ड गए आ। असीं इहनां तों अपने असली सवाल बारे पुछांगे वी की रही ਇਹ ਕਿਸਾਨ ਯੂਨੀਅਨਾਂ ਕਿਸਾਨ ਦੀ ਪਿੱਠ 'ਤੇ ਨਜਾਇਜ਼ ਸਿਹਤ ਦਿੰਦੀਆਂ, ਜਿਸ ਕਰਕੇ ਕਿਸਾਨ ਦਾ ਵੀ ਉਹ ਰੁਤਬਾ ਨਹੀਂ ਰਿਹਾ ਜਿਹੜਾ ਅੰਨਦਾਤਾ ਦਾ ਰੁਤਬਾ ਸੀ। ਵੀ ਕੁਝ ਲੀਡਰ ਹੁੰਦੇ ਆਪਣੀ ਲੀਡਰੀ ਚਮਕਾਉਣ ਲਈ, ਅਖਬਾਰਾਂ 'ਚ ਨਾ ਚਮਕਾਉਣ ਲਈ, ਵੀ ਜਿਹੜੇ ਕਿਸਾਨ ਗਲਤ ਹੁੰਦੇ ਆ ਉੱਥੇ ਵੀ ਆ ਖੜ੍ਹੇ ਹੋ ਜਾਂਦੇ ਆ ਵੀ ਮੈਂ ਵੀ ਕਿਸਾਨ ਹਾਂ, ਸਭ ਕਿਸਾਨ ਹਾਂ, ਵੀ ਆਪਾਂ ਗਲਤੀਆਂ ਤਾਂ ਗਲਤ ਕਹਾਂਗੇ, ਸਹੀ ਨੂੰ ਸਹੀ ਕਹਾਂਗੇ। ਵੀ ਆਪਾਂ ਅਸਲੀ ਸਵਾਲ ਆ ਉੱਥੇ ਆਉਣੇ ਹਾਂ ਵੀ ਕਈ ਵਾਰੀ ਨਜਾਇਜ਼ ਤੌਰ 'ਤੇ ਇਹ ਕਿਸਾਨਾਂ ਦਾ ਪੱਖ ਪੂਰ ਦਿੰਦੇ ਆ, ਉਹਨਾਂ ਬਾਰੇ ਕੀ ਕਹਿਣਗੇ? ਸਰਕਾਰ ਨੇ ਤਾਂ ਕਿਸੇ ਨੂੰ ਕਿਸਾਨ ਨੂੰ ਕਿਹਾ ਨਹੀਂ ਅੱਜ ਤਾਈਂ ਵੀ ਤੁਸੀਂ ਪੈਲਸ 'ਚ ਵਿਆਹ ਕਰੋ। ਜਦਕਿ ਇੱਕ ਚੋਟੀ ਦਾ ਲੀਡਰ ਸੀ ਪਹਿਲਾਂ ਯੂਨੀਅਨ ਦਾ ਪ੍ਰਧਾਨ, ਉਹ ਸਾਹਿਬ ਚੇਅਰਮੈਨ ਵੀ ਰਿਹਾ, ਮੈਂ ਨਾਂ ਤਾਂ ਨਹੀਂ ਲੈਂਦਾ। ਉਹ ਵੀ ਪ੍ਰਚਾਰ ਤਾਂ ਇਸ ਤਰ੍ਹਾਂ ਹੀ ਕਰਦੇ ਸੀ ਬਈ ਘੱਟ ਖਰਚੇ ਕਰੋ, ਪੈਲਸਾਂ ਜਾਓ, ਪਰ ਉਹਨਾਂ ਨੇ ਆਪਦੀ ਜਿਹੜੀ ਸਾਹਿਬ ਪੋਤੀ ਸੀ ਉਹਦਾ ਲੁਧਿਆਣੇ ਬਹੁਤ ਵੱਡੀ ਪੈਲਸ 'ਚ ਵਿਆਹ ਕੀਤਾ ਸੀ। ਅਤੇ ਫਿਰ ਇਹੀ ਗੱਲਾਂ ਵੀ ਕਿਸਾਨਾਂ ਨੂੰ ਚੋਬਦੀਆਂ, ਤੁਸੀਂ ਕਹਿੰਦੇ ਕੀ ਹੋ ਅਤੇ ਕਮਾਉਂਦੇ ਕੀ ਹੋ? ਅਤੇ ਇਸ ਕਰਕੇ ਅਸੀਂ ਇਹਨੂੰ ਪੁੱਛਾਂਗੇ ਵੀ ਤੁਸੀਂ ਕਿਸਾਨਾਂ ਦੀਆਂ ਕੁਝ ਨਜਾਇਜ਼ ਸਹਾਇਤਾ ਕਿਉਂ ਕਰ ਦਿੰਦੇ ਹੋ? ਹਾਂ, ਇਹ ਸਵਾਲ ਥੋੜ੍ਹਾ ਬਹੁਤ ਵਧੀਆ। ਮੈਂ ਦੱਸਣਾ ਚਾਹੁੰਦਾ ਕਿ ਅਸੀਂ ਸਰਕਾਰ ਦੇ ਨਾਲ ਜਾਂ ਬੈਂਕ ਦੇ ਨਾਲ ਗੋਲ ਮੇਜ਼ 'ਤੇ ਬੈਠਣ ਨੂੰ ਤਿਆਰ ਹੈ। 2006 ਦੇ ਵਿੱਚ ਸਰਕਾਰ ਦੀ ਆਪਦੀ ਰਿਪੋਰਟ ਆਈ ਹੈ ਸਵਾਮੀਨਾਥਨ ਕਮਿਸ਼ਨ ਦੀ, ਉਸ ਦੇ ਮੁਤਾਬਕ ਰੇਟ ਬਣਾ ਲਏ। ਕਿਸਾਨਾਂ ਦੇ ਕੋਲ ਜੇ ਫਾਰਮ ਪਏ ਹੋਣਗੇ, ਜੇ ਫਾਰਮਾਂ ਦੇ ਮੁਤਾਬਕ ਜਿੰਨਾ ਜਿੰਨਾ ਕਿਸਾਨ ਨੂੰ ਕਟੌਤੀ ਪਈ ਵੀ ਹੈ ਅੱਜ ਤੱਕ, ਉਹ ਕਿਸਾਨ ਨੂੰ ਦੇ ਦਿੱਤੀ ਜਾਵੇ, ਅਤੇ ਬਕਾਇਆ ਜਿਹੜਾ ਕਿਸਾਨ ਦਾ ਰਹਿ ਜੂਗਾ ਤਾਂ ਅਸੀਂ ਆਪ ਕੋਲ ਖੜ੍ਹ ਕੇ ਡੰਡੇ ਨਾਲ ਕਿਸਾਨ ਤੋਂ ਗਰਾ ਕੇ ਦੇਵਾਂਗੇ। ਅਤੇ ਜੇ ਕਿਸਾਨ ਦਾ ਪੈਸਾ ਸਰਕਾਰ ਵੱਲ ਵੱਧ ਹੈ ਤਾਂ ਸਰਕਾਰ ਨੂੰ ਉਹ ਤੁਰਤ ਦੇਣਾ ਪਊਗਾ। ਜੇ ਸਰਕਾਰ ਇਹ ਚਾਹੁੰਦੀ ਹੈ ਤਾਂ ਹੱਲ ਕਰ ਸਕਦੀ ਹੈ, ਕਿਉਂਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 6 ਦੇ ਵਿੱਚ ਲਾਗੂ ਹੋਈ ਹੈ, 65-66 ਦੇ ਵਿੱਚ ਇਹਨਾਂ ਨੇ ਸੂਚਕ ਅੰਕਾਂ ਨਾਲ ਉਹ ਰੇਟ ਤੋੜ ਕੇ ਕਿਸਾਨੀ ਦਾ ਜੋ ਹੱਕ ਖੋਇਆ, ਉਸ ਤੋਂ ਬਾਅਦ ਕੁਛ ਕੁ ਜੋ ਸਵਾਮੀਨਾਥਨ ਕਮਿਸ਼ਨ ਨੇ 2 ਸਾਲ ਦੇ ਵਿੱਚ ਮਿਹਨਤ ਕਰਕੇ ਰਿਪੋਰਟ ਪੇਸ਼ ਕੀਤੀ ਹੈ, ਇਸ ਦੇ ਮੁਤਾਬਕ ਹੀ ਰੇਟ ਬਣਾ ਲਏ। 6 ਤੋਂ ਲੈ ਕੇ ਕਿਸਾਨਾਂ ਦੇ ਕੋਲ ਜੇ ਫਾਰਮ ਪਏ ਹੋਣਗੇ, ਜੇ ਫਾਰਮਾਂ ਦੇ ਨਾਲ ਜਿੰਨਾ ਪੈਸਾ ਕਿਸਾਨ ਦਾ ਬਣਦਾ ਉਹ ਕਿਸਾਨ ਦੇਵੇਗਾ, ਅਤੇ ਜੇ ਸਰਕਾਰ ਵੱਲ ਕਿਸਾਨ ਦਾ ਪੈਸਾ ਵਾਧਾ ਹੋਊਗਾ ਤਾਂ ਅਸੀਂ ਉਹ ਲਵਾਂਗੇ। ਅਤੇ ਜੇ ਉਹ ਸਰਕਾਰ ਇਹ ਚੀਜ਼ ਲਾਗੂ ਨਹੀਂ ਕਰਦੀ, ਸਿਰਫ ਡੰਡਾ ਚਲਾਉਂਦੀ ਹੈ, ਤਾਂ ਫਿਰ ਕਿਸਾਨ ਦੇ ਹੱਕ 'ਚ ਜਥੇਬੰਦੀ ਨੂੰ ਖੜ੍ਹਨਾ ਪਊਗਾ, ਕਿਉਂਕਿ 98,000 ਤੋਂ ਲੈ ਕੇ 1,25,000 ਦੇ ਕਰੀਬ ਇੱਕ ਸਾਲ ਦੇ ਵਿੱਚ ਇੱਕ ਕਿੱਲੇ ਵਗਰ ਕਿਸਾਨ ਨੂੰ ਘਾਟਾ ਪੈਂਦਾ। ਇਹ ਤੁਸੀਂ ਆਪ ਸੋਚ ਲਓ ਕਿ ਜਦੋਂ ਉਹ ਰਿਪੋਰਟ ਲਾਗੂ ਹੋਈ ਸੀ ਉਦੋਂ ਕਿੰਨਾ ਕਿੰਨਾ ਸੀਗਾ, ਅਤੇ ਵਾਧਾ ਇੱਥੋਂ ਤੱਕ ਪਹੁੰਚ ਗਿਆ।
ਤੇ ਜੇ ਇਹ ਲਾਗੂ ਹੋ ਜਾਂਦੀ ਹੈ ਤਾਂ ਕਿਸਾਨ ਦੇ ਜਿਵੇਂ ਕਰਜ਼ਾ ਕੋਈ ਰਹਿੰਦਾ ਨਹੀਂ ਗਾ ਜੇ ਰਹੂਗਾ ਕਿਸਾਨ ਤੁਰਤ ਉਸ ਨੂੰ ਉਸਦੀ ਪੂਰਤੀ ਕਰੂਗਾ। ਇੱਥੇ ਚੱਲ ਅੰਗਰੇਜ਼ ਸਿੰਘ ਸਿੱਧੂ ਜੀ ਨੇ ਆਪਣੇ ਗੋਲ ਮੋਲ ਜਵਾਬ ਦਿੱਤੇ ਆ, ਜਿਹੜਾ ਸਹੀ ਮੁੱਦਾ ਸੀ ਉਹਨਾਂ ਨੇ ਨਹੀਂ ਸਾਨੂੰ ਦੱਸਿਆ। ਅਤੇ ਇਸੇ ਤਰ੍ਹਾਂ ਇਹ ਕਿਸਾਨਾਂ ਨੂੰ ਵੀ ਗੁੰਮਰਾਹ ਕਰਕੇ ਕਈ ਵਾਰੀ ਆਪਣਾ ਟਰਾਲੀਆਂ ਭਰ ਕੇ ਲੈ ਜਾਂਦੇ ਆ। ਅਤੇ ਸੋ ਚਲੋ ਇਹਨਾਂ ਦੀ ਜੋ ਵਿਊ ਸੀ ਸੁਣਿਆ, ਅੱਗੇ ਕਿਸਾਨਾਂ ਨੇ ਆਪਣਾ ਫੈਸਲਾ ਲੈਣਾ। ਹੁਣ ਅਸੀਂ ਇਹ ਮੰਗ ਚੱਲਾਂਗੇ ਕਿਸਾਨਾਂ ਦਾ ਵੀ ਖੇਤੀਬਾੜੀ ਦੇ ਸੰਦ ਆ ਵੀ ਉਹਨਾਂ ਦੇ ਖਰਚੇ ਅਤੇ ਉਹਨਾਂ ਦੇ ਰੇਟ ਕੀ ਹੋਣੇ ਚਾਹੀਦੇ ਆ। ਆਪਾਂ ਬਾਈ ਨਾਲ ਗੱਲ ਕਰਾਂਗੇ ਵੀ ਇਹ ਕੰਬਾਈਨ ਮਾਲਕ ਆ ਵੀ ਇਹਨਾਂ ਨੂੰ, ਇਹ ਵੀ ਇੱਕ ਕਿਸਾਨ ਆ ਵੀ ਇਹਨਾਂ ਦੇ ਕੀ ਖਰਚੇ ਆ, ਇਹਨਾਂ ਨੂੰ ਕਿਸਾਨਾਂ ਤੋਂ ਕਿਸ ਤਰ੍ਹਾਂ ਅਗਰਾਹੀ ਹੁੰਦੀ ਆ, ਅਗਰਾਹੀ ਸਹੀ ਆਉਂਦੀ ਹੈ ਜਾਂ ਗਲਤ ਆਉਂਦੀ ਆ, ਕਿਸਾਨਾਂ ਵੱਲੋਂ ਕਈ ਤਰ੍ਹਾਂ ਆਉਂਦੀਆਂ ਵੀ ਸਮੱਸਿਆ ਆਉਂਦੀਆਂ ਕਿ ਵੀ ਠੀਕ ਆ ਇਹਨਾਂ ਦਾ ਮਾਹੌਲ। ਸਰਦਾਰ ਸੁਰਜੀਤ ਸਿੰਘ ਜੀ ਇਹ ਕਿਸਾਨ ਆਉਣਾ ਅਤੇ ਆਪਣੇ ਇਹਨਾਂ ਦੀ ਮਸ਼ੀਨ ਆਉਣਾ ਮਸ਼ੀਨ ਦਾ ਇਹ ਕੰਮ ਕਰਦੇ ਕਟਾਈ ਦਾ, ਅਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਜਿਹੜਾ ਵੀ ਅੱਜ ਕੱਲ੍ਹ ਖਰਚੇ ਇਹਨਾਂ ਦੇ ਵੀ ਕਾਫੀ ਮਾਤਰਾ 'ਚ ਵਧੇ ਹੋਏ ਆ, ਜਿਹੜੀ ਤੁਹਾਡੀ ਕਿਸਾਨ ਵੀਰਾਂ ਦੀ ਜਿਹੜੀ ਉਗਰਾਹੀ ਆ ਉਹ ਸਹੀ ਆ ਰਹੀ ਆ? ਨਹੀਂ ਜੀ, ਵਿੱਚ ਰਹਿ ਜਾਂਦੀ ਆ, ਰੁਕਦੀ ਆ। ਅੱਛਾ, ਬਹੁਤ ਰਹਿ ਜਾਂਦੀ ਆ ਜੀ? ਰਹਿੰਦੀ ਆ, ਰਹਿੰਦੀ ਆ। ਅਤੇ ਕਈ ਵਾਰੀ ਆਪਾਂ ਨੂੰ ਆਮ ਵਿਚਾਰ ਚਰਚਾ ਕੀਤੀ ਜਾਂਦੀ ਆ ਵੀ ਕਿਸਾਨ ਵੀ ਕਿੱਲੇ ਵੀ ਮਾਰ ਜਾਂਦਾ ਉਗਰਾਹੀ? ਹਾਂਜੀ, ਮਾਰਦਾ ਮਾਰਦਾ ਜੀ। ਹਾਂਜੀ ਹਾਂਜੀ, ਘੱਟਦੇ ਅਤੇ ਬਣਾਉਣ ਤੋਂ ਪਹਿਲਾਂ ਵੱਧਦਾ, ਜਿੱਦੇ ਵੱਢ ਕੇ ਆ ਵੀ ਉਦੇ ਘੱਟ, ਜਿੱਦੇ ਸਾਫ਼ ਕਰਦੇ ਉਦੇ ਹੋਰ ਘੱਟ। ਅੱਛਾ ਜੀ, ਉਦੋਂ ਕਹਿੰਦੇ ਹੋ? ਹਾਂਜੀ, ਮਸ਼ੀਨ ਨੂੰ 3 ਵਾਰੀ ਮਾਰ ਪੈਂਦੀ ਹੈ ਜੀ ਇਹਦੇ 'ਚ। ਅੱਛਾ ਜੀ, ਅਤੇ ਯਾਨੀ ਕਿ ਤੁਹਾਡੇ ਹਿਸਾਬ ਨਾਲ ਅੱਜ ਦੇ ਖਰਚਿਆਂ ਨੂੰ ਦੇਖ ਕੇ ਵੀ ਮਸ਼ੀਨ ਦਾ ਕੀ ਰੇਟ ਹੋਣਾ ਚਾਹੀਦਾ? 1500 ਰੁਪਇਆ ਹੋਣਾ ਚਾਹੀਦਾ ਜੀ, ਘੱਟੋ ਘੱਟ। ਅੱਛਾ ਜੀ, ਫਿਰ ਯਾਨੀ ਕਿ ਇਹ ਕਹਿੰਦੇ ਵੀ ਜਿਹੜੀ ਜਿਸ ਤਰ੍ਹਾਂ ਸਾਨੂੰ ਮਾਰ ਪੈਂਦੀ ਹੈ, ਘਟੌਤੀਆਂ ਪੈਂਦੀਆਂ ਸੀ, ਉਸ ਮੁਤਾਬਕ ਜਿਹੜੀ ਵਢਾਈ ਵਾਲੀ ਮਸ਼ੀਨ ਦਾ ਰੇਟ ਆ 1500 ਹੋਣਾ ਚਾਹੀਦਾ? ਅਤੇ ਤੂੜੀ ਵਾਲੀ ਬਾਰੇ ਵੀ ਕੀ ਕਹੋਗੇ ਤੁਸੀਂ? ਤੂੜੀ ਵਾਲੇ ਦਾ ਘੱਟੋ ਘੱਟ 700 ਤੋਂ 750 ਰੁਪਏ ਦਿੰਦੇ ਜੀ। ਠੀਕ ਆ, ਇਹਨਾਂ ਨੇ ਜੀ ਸਟਰਾ ਰੀਪਰ ਦਾ ਰੇਟ ਯਾਨੀ ਕਿ ਇਹ ਮੰਗਿਆ 700-750 ਨਾਲ ਇਹਨਾਂ ਦੇ ਘਾਟੇ ਪੂਰੇ ਹੁੰਦੇ ਆ। ਸੋ ਆਪਾਂ ਹੁਣ ਦੁਬਾਰਾ ਤੋਂ ਜੋ ਖਰਚਾ ਜੀ ਏਕੜ 'ਤੇ ਸਾਨੂੰ 1100 ਰੁਪਇਆ ਖਰਚਾ ਪੈਂਦਾ ਮਸ਼ੀਨ ਦਾ, ਜੋ ਲੇਬਰ ਡਰਾਈਵਰ ਹੋ ਗਿਆ ਜਾਂ ਸਾਡੇ ਆਪ ਦਾ ਲੇਬਰ ਦਾ ਇੱਕ ਬੰਦਾ ਹੋ ਗਿਆ, ਸਪੇਅਰ ਪਾਰਟ ਦਾ ਸਮਾਨ ਹੋ ਗਿਆ, ਟਰੈਕਟਰ ਦੀ ਮਸ਼ੀਨ ਦੀ, 50,000 ਤਾਂ ਸਾਲ 'ਚ ਮਸ਼ੀਨ ਘੱਟਦੀ ਆ। ਪਰ ਹਾਂਜੀ ਚਲੋ, ਸਾਡੇ ਵੱਲ ਇੱਕ ਦੋ ਜਥੇਬੰਦੀਆਂ ਆਈਆਂ ਨਹੀਂ, ਇੱਕ ਤਾਂ ਜਿਹੜੇ ਜ਼ਮੀਨ ਦੇ ਮਾਲਕ ਆ ਉਹ ਨਹੀਂ ਪਹੁੰਚੇ ਅਸੀਂ ਸੱਦਾ ਦਿੱਤਾ ਸੀ, ਇੱਕ ਜਿਹਨੇ ਵਾਹਣ ਠੇਕੇ 'ਤੇ ਲਾਉਣਾ ਹੁੰਦਾ ਵੀ ਉਹ ਨਹੀਂ ਪਹੁੰਚੇ, ਸੱਦਾ ਦਿੱਤਾ ਸੀ। ਚਲੋ ਉਹਨਾਂ ਦੀ ਮਰਜ਼ੀ, ਅਤੇ ਅਸੀਂ ਹੁਣ ਅੰਤਿਮ ਪੜਾਅ 'ਚ ਇੱਕ ਚੱਕਰ ਹੋਰ ਲਾਵਾਂਗੇ, ਕਰਾਂਗੇ ਵੀ ਇਹ ਸਮੱਸਿਆ ਕਿਵੇਂ ਕੀਤੇ ਜਾ ਸਕਦੇ ਆ। ਮਾਸਟਰ ਜਗਜੀਰ ਸਿੰਘ ਜੀ ਤੋਂ ਚੱਲਾਂਗੇ ਆਪਾਂ ਧਰਮ ਤੋਂ, ਵੀ ਤੁਸੀਂ ਕਿਵੇਂ ਚਾਹੁੰਦੇ ਹੋ ਵੀ ਜੇ ਆਪਣੇ 5 ਪਿੰਡਾਂ ਵਿੱਚ ਇੱਕ ਨਗਰ ਕੀਰਤਨ ਹੋ ਜੇ, ਵੀ ਆਪਣੇ ਗੁਰੂ ਘਰਾਂ ਦੀ ਮਰਿਆਦਾ ਵਧੀਆ ਰੱਖੀ ਜਾ ਸਕੇ, ਵੀ ਤੁਸੀਂ ਇਹਦੇ ਨਾਲ ਸਹਿਮਤ ਹੋ ਜੀ? ਹਾਂਜੀ, ਮੈਂ ਬਿਲਕੁਲ ਸਹਿਮਤ ਹਾਂ ਇਸ ਦੇ ਨਾਲ। 5 ਕਲਿਆਣਾਂ ਦੇ ਵਿੱਚ ਦੱਸਦੇ ਆ ਵੀ ਪਹਿਲਾਂ ਵੀ ਇੱਕ ਨਗਰ ਕੀਰਤਨ ਹੁੰਦਾ ਸੀ, ਸ਼ਾਇਦ ਪੰਚਾਇਤ ਵੀ ਇੱਕ ਹੁੰਦੀ ਸੀ, ਚਲੋ ਗਿਣਤੀ ਦੇ ਆਧਾਰ 'ਤੇ ਪੰਚਾਇਤਾਂ ਨੇ ਤਾਂ ਬਣਨਾ ਹੀ ਹੈ, ਅਤੇ ਨਗਰ ਕੀਰਤਨ ਹੁਣ ਵੀ ਮੈਂ ਨਾ ਵੀ ਸਹਿਮਤ ਹਾਂ ਵੀ ਇੱਕ ਹੋ ਜਾਵੇ, ਇਹਦੇ ਨਾਲ ਭਾਈਚਾਰਕ ਸਾਂਝ ਆ ਜਿਹੜੀ ਵਧੂਗੀ, ਜਾਣ ਪਛਾਣ ਵੀ ਵਧੂਗੀ, ਅਤੇ ਪੜਾਵਾਂ ਦੀ ਗਿਣਤੀ ਆ ਜਿਹੜੀ ਉਹ ਸੀਮਤ ਆ, ਜਿਹੜੀਆਂ ਕਮੇਟੀਆਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਜਾ ਸਕਦਾ। ਅਤੇ ਮੈਂ ਹੋਰ ਸੁਝਾਅ ਵੀ ਦਿੰਦਾ ਵੀ ਪੜਾਅ ਵਧੀਆ ਸਾਫ਼ ਥਾਂ 'ਤੇ ਹੋਵੇ, ਅਤੇ ਜਿੱਥੇ ਵੀ ਪੜਾਅ ਲੱਗੇ ਉੱਥੇ ਬੈਠਣ ਦਾ ਪ੍ਰਬੰਧ ਜ਼ਰੂਰ ਹੋਵੇ। ਅਤੇ ਹੁਣ ਆਪਾਂ ਜਿਹੜੀ ਵੀ ਵਿਆਹਾਂ ਬਾਰੇ ਤਾਂ ਚਰਚਾ ਵਾਲੀ ਨਹੀਂ ਕਰ ਸਕਦੇ, ਉਹ ਤਾਂ ਕਿਸਾਨ ਦੇ ਆਪਦੇ ਹੱਥ 'ਚ ਹੁੰਦਾ, ਜਿਹੜਾ ਮੌਤ ਦਾ ਸਮਾਂ ਹੁੰਦਾ ਉਹਦੇ ਬਾਰੇ ਵੀ ਖਰਚੇ ਘਟਾਏ ਜਾਣ, ਜੇ ਆਪਾਂ ਕਿਹਾ ਸੀ ਵੀ ਜਿਹੜਾ ਭੋਗ ਆ ਘਰੇ ਪਾਇਆ ਜਾਵੇ ਅੰਤਮ ਅਰਦਾਸ ਦਾ, ਅਤੇ ਫੁੱਲ ਆਪਣੇ ਪਰਿਵਾਰ ਵੱਲੋਂ ਚੁਗੇ ਜਾਣ, ਵੀ ਕੋਈ ਤੁਸੀਂ ਇਹਦੇ ਨਾਲ ਸਹਿਮਤ ਹੋ, ਤੁਹਾਡੇ ਕੀ ਵਿਚਾਰ ਆ ਸੰਖੇਪ ਵਿੱਚ ਦੱਸੋ? ਜਿਹੜੀ ਫੁੱਲ ਚੁਗਣ ਵਾਲੀ ਗੱਲ ਆ ਉਹ ਤਾਂ ਇਸ ਤਰ੍ਹਾਂ ਜੀ, ਜਿਹੜੀ ਸਾਡੀ ਮਰਿਆਦਾ ਸਿੱਖ ਧਰਮ ਦੀ ਉਹਦੇ ਵਿੱਚ ਰਹਿਤ ਮਰਿਆਦਾ ਦੇ ਵਿੱਚ ਦਰਜ ਹੈ ਵੀ ਜਦੋਂ ਅੰਗੀਠਾ ਠੰਡਾ ਹੋ ਜਾਂਦਾ ਦੂਜੇ ਜਾਂ ਤੀਜੇ ਦਿਨ, ਫੁੱਲ ਚੁਗਣ ਵਾਲੀ ਤਾਂ ਗੱਲ ਹੀ ਨਹੀਂ ਉਹਦੇ ਵਿੱਚ, ਵੀ ਸਾਰੀ ਇਹਨਾਂ ਨੂੰ ਚੁੱਪ ਹਾਂ ਰਹਿਤ ਮਰਿਆਦਾ ਦੇ ਵਿੱਚ ਇਹ ਦਰਜ ਆ ਵੀ ਦੂਜੇ ਤੀਜੇ ਦਿਨ ਜਦੋਂ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋ ਜਾਂਦਾ ਨਾ, ਵੀ ਸਮੁੱਚੀ ਰਾਖ ਸਮੇਤ ਹੱਡੀਆਂ ਉਹਨੂੰ ਇਕੱਠੀ ਕਰਨਾ, ਤਾਂ ਕਰਕੇ ਫੁੱਲ ਚੁਗਣ ਵਾਲੀ ਕੋਈ ਮਰਿਆਦਾ ਨਹੀਂ, ਵੀ ਉਹਨੂੰ ਇਕੱਠੀ ਕਰਕੇ ਦੋ ਢੰਗ ਦਿੱਤੇ ਆ ਉੱਥੇ, ਜਾਂ ਤਾਂ ਕੋਈ ਨੇੜੇ ਵਗਦਾ ਪਾਣੀ ਕਿਤੇ ਵੀ ਹੋਵੇ, ਕੋਈ ਵਿਸ਼ੇਸ਼ ਥਾਂ ਨਹੀਂ ਹੈਗਾ ਵੀ ਉਸ ਪਾਣੀ ਦੇ ਵਿੱਚ ਪਾਇਆ ਜਾ ਸਕਦਾ, ਅਤੇ ਜੇ ਜਾਂ ਫਿਰ ਨੇੜੇ ਹੀ ਸ਼ਮਸ਼ਾਨ ਘਾਟ ਦੇ ਵਿੱਚ
ਜਾਂ ਜਿੱਥੇ ਵੀ ਪਰਿਵਾਰ ਚਾਹੁੰਦਾ ਵੀ ਉੱਥੇ ਟੋਆ ਪੁੱਟ ਕੇ ਡੂੰਘਾ ਟੋਆ ਪੁੱਟ ਕੇ ਦੱਬ ਦਿੱਤਾ ਜਾਣਾ ਚਾਹੀਦਾ। ਅਤੇ ਉਸ ਤੋਂ ਵੀ ਵਧੀਆ ਗੱਲ ਆ ਵੀ ਹੁਣ ਉਹ ਰਹਿਤ ਮਰਿਆਦਾ ਦੇ ਵਿੱਚ ਤਾਂ ਖੈਰ ਨਹੀਂ ਹੈਗਾ ਵੀ ਪੌਦਾ ਲਗਾਉਂਦੇ ਆ, ਉਹ ਬਹੁਤ ਵਧੀਆ ਗੱਲ ਆ। ਚਲੋ ਧੰਨਵਾਦ ਜੀ ਤੁਹਾਡਾ। ਅਸੀਂ ਮਜ਼ਦੂਰ ਮੁਕਤੀ ਮੋਰਚਾ ਤੋਂ ਚਾਹਵਾਂਗੇ ਵੀ ਤੁਹਾਡਾ ਵੀ ਇਹ ਜੋ ਟਕਰਾਂ ਵਾਲੀ ਸਥਿਤੀ ਨਾ ਬਣੇ ਉਹਦੇ ਲਈ ਤੁਸੀਂ ਵਾਜਬ ਰੇਟਾਂ ਬਾਰੇ ਕੀ ਕਹੋਗੇ? ਯਾਨੀ ਕਿ ਪੱਕੇ ਨਹੀਂ ਆਪਣਾ ਆਪਣੇ ਸੁਝਾਅ ਅੱਗੇ ਸਾਧਦੇ ਰਹੇ ਹਾਂ, ਇੱਕ ਸਿਰਫ ਸੁਝਾਅ ਲਵਾਂਗੇ ਤਾਂ ਤੁਸੀਂ ਤਾਂ ਸਾਂਝੇ ਬਹਿ ਕੇ ਕਿਸਾਨ ਵੀ ਬਹਿ ਜੇ ਮਜ਼ਦੂਰ ਵੀ ਬਹਿ ਜੇ ਉਦੋਂ ਕਿਸੇ ਗੱਲ 'ਤੇ ਸਹਿਮਤੀ ਹੋ ਜੂਗੀ। ਹਾਂ, ਬਾਈ ਜੀ ਨੇ ਕਿਹਾ ਵੀ ਜੇ ਸਾਰੇ ਇਕੱਠੇ ਬੈਠਣਗੇ ਤਾਂ ਇਹਦੀ ਸਹਿਮਤੀ ਹੋ ਜੂਗੀ। ਕੋਸ਼ਿਸ਼ ਕਰਾਂਗੇ ਵੀ ਕਿਤੇ ਟਾਈਮ ਕੱਢਿਆ ਜਾਵੇ। ਧੰਨਵਾਦ ਪੱਪਾ ਸਿੰਘ ਜੀ। ਅਤੇ ਹੁਣ ਆਪਾਂ ਅੰਗਰੇਜ਼ ਸਿੰਘ ਜੀ ਕੋਲ ਆਉਂਦੇ ਹਾਂ ਵੀ ਉਹਦੇ ਹੋ ਸਕਦਾ ਚਲੋ ਤੁਸੀਂ ਅੱਜ ਸਪਾਟੀ ਕਰਨ ਦੇ ਰਹੇ ਹੋ ਵੀ ਤੁਹਾਡਾ ਸਾਡਾ ਕੋਈ ਰੋਲ ਨਹੀਂ ਸੀ, ਪਰ ਜਿਹੜਾ ਅਨਾਊਂਸਮੈਂਟ ਹੋਊਗਾ ਉਹ ਸਿੱਧਪੁਰਾ ਵੱਲੋਂ ਹੋਊਗਾ, ਯੂਨੀਅਨ ਵੱਲੋਂ। ਵੀ ਕੀ ਤੁਸੀਂ ਇਹਨੂੰ ਦੁਬਾਰਾ ਰਿਵਿਊ ਕਰ ਸਕਦੇ ਹੋ ਫੈਸਲੇ ਨੂੰ? ਹਾਂਜੀ ਹਾਂ, ਜਿਹੜਾ ਖੜਾ ਪਾਣੀ ਉਹ ਮੁਸ਼ਕ ਜਾਂਦਾ ਹੈ ਅਤੇ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ। ਅਤੇ ਕੋਈ ਵੀ ਫੈਸਲਾ ਜਾਂ ਕੁਛ ਵੀ ਹੈ ਉਹਨੂੰ ਆਪਾਂ ਅੰਤਮ ਨਹੀਂ ਕਹਿ ਸਕਦੇ, ਰਿਵਿਊ ਹੋ ਸਕਦਾ ਕਿਉਂਕਿ ਜੋ ਮਜ਼ਦੂਰ ਆ ਉਹ ਵੀ ਸਾਡੇ ਭਰਾ, ਕੋਈ ਬੇਗਾਨੇ ਨਹੀਂ। ਅਤੇ ਹਰੇਕ ਨੂੰ ਹਰੇਕ ਹੱਕ ਮਿਲਣਾ ਚਾਹੀਦਾ। ਪਰ ਲਾਸਟ 'ਚ ਮੈਂ ਇੱਕ ਸਿਰਫ ਬੇਨਤੀ ਜ਼ਰੂਰ ਕਰੂੰਗਾ ਕਿ ਜੇ ਆਪਾਂ ਸਾਰਿਆਂ ਦਾ ਸੁਧਾਰ ਚਾਹੁੰਦੇ ਹਾਂ, ਸਿੱਖਿਆ ਅਤੇ ਸਿਹਤ, ਇਹ ਜੋ ਦੋ ਚੀਜ਼ਾਂ, ਭਾਵੇਂ ਮਜ਼ਦੂਰ ਆ, ਭਾਵੇਂ ਕਿਸਾਨ ਆ, ਭਾਵੇਂ ਧਨਾੜ ਆ, ਭਾਵੇਂ ਦੁਕਾਨਦਾਰ ਆ, ਉਹਨੂੰ ਦੋ ਚੀਜ਼ਾਂ ਇਹ ਫਰੀ ਹੋਣੀਆਂ ਚਾਹੀਦੀਆਂ, ਤਾਂ ਜੋ ਸਮਾਜ ਦਾ ਨਕਸ਼ਾ ਕੁਛ ਹੋਰ ਹੋ ਸਕਦਾ। ਅਤੇ ਸਰਕਾਰ ਦਾ ਫਰਜ਼ ਬਣਦਾ ਕਿ ਸਿੱਖਿਆ ਅਤੇ ਸਿਹਤ ਇਹ ਪੂਰੀ ਤਰ੍ਹਾਂ ਫਰੀ ਹੋਣੇ ਚਾਹੀਦੇ ਆ। ਕਿੱਥੋਂ ਤੱਕ ਕੋਈ ਪੜ੍ਹ ਲਏ ਕਿਸੇ ਤਰ੍ਹਾਂ ਦੇ ਕਿਸੇ ਨੂੰ ਇਲਾਜ ਹੈ, ਲੋੜ ਆ ਤਾਂ ਇਹ ਤੁਹਾਡਾ ਬਹੁਤ ਵਧੀਆ ਸੁਝਾਅ। ਅਸੀਂ ਇੱਥੇ ਇੱਕ ਹੋਰ ਮਾੜੀ ਗੱਲ ਜਾਣੀ ਜਾਵਾਂਗੇ। ਫਿਰ ਹੀ ਕਿਸਾਨ ਵੀਰਾਂ ਵੱਲੋਂ ਜਿਵੇਂ ਹੁਣ ਠੇਕੇ ਤੇ ਮਜ਼ਦੂਰੀ ਦਾ ਮੁੱਦਾ ਉੱਠਿਆ ਵਗਟਾ ਹੁੰਦਾ, ਅਤੇ ਕਿਸਾਨ ਵੀਰਾਂ ਵੱਲੋਂ ਇੱਕ ਦੂਜੇ ਦੀ ਆਪਸ ਵਿੱਚ ਕੰਪੀਟੀਸ਼ਨ ਕਰ ਲਿਆ ਜਾਂਦਾ, ਅਤੇ ਉਸ ਬਾਰੇ ਤੁਸੀਂ ਕਿਸਾਨ ਵੀਰਾਂ ਨੂੰ ਕੀ ਸੁਝਾਅ ਦਿਓ? ਕੰਪੀਟੀਸ਼ਨ ਤਾਂ ਮੈਂ ਕਹਿੰਦਾ ਵੀ ਗਲਤ ਹੈ, ਜੋ ਸਾਰੇ ਨਾਲ ਹੀ ਕਿਸਾਨਾਂ ਨੂੰ ਆਪਸ ਵਿੱਚ ਵੀ ਰਲ ਮਿਲ ਕੇ ਰਹਿਣਾ ਚਾਹੀਦਾ, ਮਜ਼ਦੂਰਾਂ ਨਾਲ ਵੀ, ਕਿਉਂਕਿ ਸਾਰਿਆਂ ਨੇ ਹਰ ਵਕਤ ਇਕੱਠਿਆਂ ਕੰਮ ਕਰਨਾ ਹੈ। ਮਜ਼ਦੂਰ ਬਿਨਾਂ ਕਿਸਾਨੀ ਨਹੀਂ ਹੋ ਸਕਦੀ, ਅਤੇ ਮਜ਼ਦੂਰ ਦਾ ਜੋ ਹਰਾਇਆ ਲੈਣ ਦੇਣ ਉਹ ਵੀ ਕਿਸਾਨਾਂ ਅਤੇ ਕਿਸਾਨ ਦਾ ਮਜ਼ਦੂਰਾਂ ਨਾਲ ਹੈ। ਇਸ ਕਰਕੇ ਸਾਰਾ ਰਲ ਕੇ ਹੀ ਮਸਲਾ ਹੱਲ ਹੋ ਸਕਦਾ, ਅਤੇ ਕਿਸਾਨ ਨੂੰ ਵੀ ਕਿਸਾਨ ਦੇ ਉੱਪਰ ਵਾਧਾ ਨਹੀਂ ਕਰਨਾ ਚਾਹੀਦਾ, ਅਤੇ ਨਾ ਕਿਸਾਨ ਨੂੰ ਮਜ਼ਦੂਰ ਦੇ ਉੱਪਰ, ਅਤੇ ਨਾ ਹੀ ਆਪਸ ਵਿੱਚ ਇੱਕ ਦੂਜੇ ਨਾਲ ਕੋਈ ਵਿਰੋਧ ਭਾਵਨਾ ਰੱਖਣੀ ਚਾਹੀਦੀ ਹੈ। ਜੇ ਕੋਈ ਕਿਤੇ ਕੁਛ ਮਹਿਸੂਸ ਹੁੰਦਾ ਵੀ ਇਹ ਗਲਤ ਹੋਇਆ ਤਾਂ ਉੱਥੇ ਰਲ ਬੈਠ ਕੇ ਕੋਈ ਵੀ ਮਸਲਾ ਹੱਲ ਕੀਤਾ ਜਾ ਸਕਦਾ। ਚਲੋ ਧੰਨਵਾਦ ਅੰਗਰੇਜ਼ ਸਿੰਘ ਸਿੱਧੂ ਜੀ, ਅਣਪਾਲ ਸਿੰਘ ਕਲਿਆਣ ਜੀ ਤੋਂ ਆਪਾਂ ਜਾਣਾਂਗੇ ਵੀ ਇਹਨਾਂ ਦੇ ਇਹ ਸਾਂਝੇ ਪਲੇਟਫਾਰਮ ਤੋਂ ਆ ਵੀ ਆਪਣੇ ਸਾਰਿਆਂ ਬਾਰੇ ਬੋਲਣਗੇ ਵੀ ਇਹਨਾਂ ਦੇ ਕੀ ਵਿਊ ਆ। ਕਿਸਾਨ ਅਤੇ ਮਜ਼ਦੂਰ ਦਾ ਜਿਹੜਾ ਆਪਸੀ ਨਾਤਾ ਹੈ ਉਹ ਨਹੁੰ ਅਤੇ ਮਾਸ ਵਾਲਾ ਰਿਸ਼ਤਾ ਹੈ। ਨਾ ਤਾਂ ਕਿਸਾਨ ਨੂੰ ਮਜ਼ਦੂਰ ਬਿਨਾਂ ਸਰਦਾ ਹੈ ਅਤੇ ਨਾ ਮਜ਼ਦੂਰ ਨੂੰ ਕਿਸਾਨ ਬਿਨਾਂ ਸਰਦਾ ਹੈ, ਕਿਉਂਕਿ ਮਜ਼ਦੂਰ ਦਾ ਮਜ਼ਦੂਰੀ ਕਰਨਾ ਉਹਦੀ ਮਜ਼ਬੂਰੀ ਹੈ। ਦੂਜੀ ਗੱਲ, ਜਿਹੜਾ ਇਹ ਮਤਾ ਪਾਸ ਕੀਤਾ ਗਿਆ 3000 ਰੁਪਈਏ ਵਾਲਾ, ਕਿਸਾਨ ਹੈ ਜਿਹੜਾ ਉਹ ਇਕੱਠੇ ਹੋ ਕੇ ਆਪਣਾ ਆਪਸੀ ਰਾਏ ਕਰ ਸਕਦੇ ਹੈ ਕਿ ਆਪਾਂ 3000 ਤੋਂ ਰੇਟ ਵੱਧ ਨਹੀਂ ਦੇਣਾ, ਪਰ ਕਿਸਾਨ ਜਿਹੜੇ ਉਹ ਪੰਚਾਇਤ ਦੀ ਲੈਟਰ ਪੈਣ 'ਤੇ ਲਿਖਤੀ ਰੂਪ ਦੇ ਵਿੱਚ ਇਹ ਫਰਮਾਨ ਨੂੰ ਜਾਰੀ ਨਹੀਂ ਕਰ ਸਕਦੀ। ਸੋ ਮੈਂ ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ, ਐਸਸੀ ਕਮਿਸ਼ਨਰ ਪੰਜਾਬ ਸਰਕਾਰ, ਐਸਸੀ ਕਮਿਸ਼ਨਰ ਭਾਰਤ ਸਰਕਾਰ ਔਰ ਸਾਰੇ ਪੰਜਾਬ ਦੇ ਜਿੰਨੇ ਡਿਪਟੀ ਕਮਿਸ਼ਨਰ ਨੇ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਗੈਰ ਕਾਨੂੰਨੀ ਕੰਮ ਕਰਦੇ ਹੈ। ਜਿਹੜਾ ਮਤਾ ਪਾਸ ਕੀਤਾ ਗਿਆ ਇਹ ਗੈਰ ਕਾਨੂੰਨੀ ਹੈ। ਚਲੋ, ਜੋ ਪਹਿਲਾਂ ਕੁਛ ਹੋ ਗਿਆ ਜੇ ਹੁਣ ਆਪਾਂ ਰਲ ਮਿਲ ਕੇ ਬਹਿੰਦੇ ਹਾਂ ਦੁਬਾਰਾ ਇਹ ਰਿਮੂਵ ਕਰਦੇ ਹਾਂ ਤਾਂ ਇਹ ਦੁਬਾਰਾ ਹੱਲ ਕੀਤਾ ਜਾ ਸਕਦਾ? ਦੇਖੋ, ਜੇ ਕਿਸਾਨ ਯੂਨੀਅਨ ਸਿੱਧੂਪੁਰ ਨੇ ਇਕੱਲਿਆਂ ਨੇ ਇਹ ਫੈਸਲਾ ਕਰ ਦਿੱਤਾ, ਉੱਥੇ ਮਜ਼ਦੂਰਾਂ ਦਾ ਵੀ ਹੱਕ ਬਣਦਾ ਸੀ, ਮਜ਼ਦੂਰਾਂ ਨੂੰ ਬੁਲਾਉਣ ਦਾ ਵੀ ਹੱਕ ਬਣਦਾ ਸੀ, ਉੱਥੇ ਜਿਹੜੇ ਕਿਸਾਨ ਵੀਰ ਠੇਕੇ 'ਤੇ ਜ਼ਮੀਨ ਦਿੰਦੇ ਆ ਉਹਨਾਂ ਨੂੰ ਬੁਲਾਉਣ ਦਾ ਹੱਕ ਵੀ ਬਣਦਾ ਸੀ, ਜਿਹੜੇ ਕਿਸਾਨ ਵੀਰ ਠੇਕੇ 'ਤੇ ਜ਼ਮੀਨ ਲੈਂਦੇ ਆ ਉਹਨਾਂ ਨੂੰ ਵੀ ਬੁਲਾਉਣ ਦਾ ਹੱਕ ਬਣਦਾ ਸੀ। ਪਰ ਜਿਹੜਾ ਇਹਨਾਂ ਨੇ ਇਕੱਲਾ ਫਰਮਾਨ ਜਾਰੀ ਕਰਤਾ
सो ये बहुत गलत है। इस दे नाल साडे पिंडां दे विच जिहड़ी आपसी फुट पैंदी है। सो मैं बेनती फिर करूंगा किसान यूनियन नूं कि यह जिहड़ा मता है इसनूं वापस लिता जाए तां कि साडे पिंडां दे विच जिहड़ी भाईचारक सांझ है उसनूं कायम रखिया जा सके। सो असी पाल सिंह कल्याणी जी धन्नवाद करदे हां अपने योगदान लई। ते हुण असी चलांगे सरबंदर ते सिंह खालसा जी जी अपने भी कुछ इहदी इक किसान मशीनरी स्टोर स्पेयर पार्ट्स दे मालका भी ये इन्हां दे कोई दो चार लाइना च भी की कहना चाहुंदे आ। वाहिगुरू खालसा श्री वाहिगुरू जी की फतेह। मैं भी बस यही विचार देना चाहना भी जिन्ना चर लोग पढ़ लिख के आ समझते नहीं समाज सुधार नहीं आता उन्ना चर सारिया ही जड़िया भी अपने मसले होंगे उन्ना चर उलझते रहेंगे। पहला मसले कोई भी उठता गा उन्होंने जो रल मिल के हल कर लिया जाए तो वह ठीक ज्यादा रहा। वाहिगुरू खालसा श्री वाहिगुरू जी। चलो इन्होंने रल मिल के बैठने की सलाह दी है। हुण आपां भाई गुरप्रीत सिंह जी सिद्धू जंगेण नूं पुछांगे भी उह जांदे होए आम किसान वीरां समाज नूं की मैसेज देना चाहुंदे आ। देखो जी असीं तां मैसेज की दे सकदे आ, सब अपना अपने थां सियाणे आ, पर गल हैगी है भी अपना अपना देख के चले। हर एक जिन्ना कोदे कोले पूंजी उन्ना खर्चा करे उन्नी आमदन करे। जिवें तुसीं ठेकियां दा रौला पई जांदा लोकां ने लई तां अपनी मर्जी नाल ही सी पहला। हाँ जी ठीक है जी। आमदन च कोई देखा जाए पिछले साल नालों कोई घट नहीं हुआ। कणक का झाड़ है जिहड़ा वधिया वधिया रहा। तो देखो देख के लाओ। मैं तो यह कहना भी किसान भी समझना चाहिए ठीक है। देने वाले ने चीज़ बेचने वाले तो बेचनी है ठीक है। जो जिमीदार लेंदा है ठेके से वह माड़ा जहा एक बार समझ ले भी मैं कुछ बचता नहीं तो अपने आप ही रेट पिछे हट जाना। भाई गुरप्रीत सिंह जी ने बहुत सोहना सवाल का जवाब दिता भी मुड़ के बाद च रौला पाउण दी बजाए भी चार बंदे कहरी अपनी राजनीति चमकाउण आ जांदे आ ते किसान वीर मेरा क्यों नहीं समझदा भी पहला ही ओह रल मिल के कॉम्पीटिशन तो पासे हट के भी सारा ओह एक एवरेज कढ़ के अपने परिवार की अपने जो बांह लैंदे आ इत्थों तिकर तेल दे गेड़े गण के भी ओह खर्चा मापण भी सानू की बचिया की ना बचिया। अज दे तेज तरार युग विच ओह चल हू दी नीति तो हुण कम नहीं करनी। चल हूँ तो यह जहाँ रफ्तार आ समाज की भी जिहड़ा केरा एक बार इतों तिलक गया तो बाद च हो खड़ा होना मुश्किल आ। सो किसान वीरां नूं बेनती है कि अपने हो एक भरा गए असीं भी किसान आ सब किसान आ। सो जरूरी एक दो बेनती है किसान वीरां नूं एक तो भी लैण वाले वाहन वह भी किसान वीर आ ते जिहड़े अपने ठेके ते लाउंदे आ किसान वीर आ सब रल मिल के सहमति नाल अपने भी कोई एडजस्ट कर लो। चल आपां किसी भी चीज़ का कोई रेट फिक्स नहीं कर सकते। आम कहा जाता भी जिहड़ियां चीज़ां महंगा करता सरकार ने किसान वीरां दोष हुंदा भी तुसीं स्प्रे महंगी करती स्पेयर पार्ट्स महंगा करता पर ठेका तां भी किसान वीरां दे हत्थ 'च ही आ। भी आम चीज़ तां सरकार एक दो चार रुपये चकदी आ ते ठेका पाँच पाँच दस दस हज़ार रुपये चक्या जा रहा। भी इन्हां बारे किसान वीरां नूं असीं कोई विरोधी नहीं किसान वीरां दे किसान वीरां नूं असीं इह प्रोग्राम एक जगाउण लई कीता भी तुसीं एवें लोकां दे पिछे ना लगो अपनी चादर देख के पैर पसारो ते एवें भी किसी ने तुहानूं हुण कहता भी तुसीं इदूं बाद ठेका नहीं लाउणा ऐ नहीं करना ते नुकसान किहदा हो गया छोटे किसान वीर दा। विच दो चार केस मैं इह जे भी देखिया भी जिहड़े भरपे तौर ते वधिया खेती कर रहे सी इहो जिहे उहनां ने बुखार पाया भी वह अज पठे बीजन में भी तरसते आ भी जेडे बेजमीन किसान आ। इस तरह का पंचायतों यूनियनों भी चाहिए भी इस तरह के फैसले लैन पछावें भी काली ना की जाए जी उस दिन सारिया संस्थावों बुला लिया जाता तो चंगा सी। तो चलो अज असी संस्थावान बुलाया से नुमाइंदे नहीं पहुँचे वो उन्होंने पता असी अज कोई कसूरवार नहीं आते तो इतने उन्होंने जरूर गलबात करते भी उन्होंने की मसले आ हो सकता कोई हल निकलता। सो असी भी कुछ गल्लां करना चाहुंदे किसान वीरां नाल भी चलो जिहड़ा कुछ होना सी तो हो गया तुसीं भी फिक्स तो नहीं आपां किसे दा रेट कर सकते भी हुण असी एक दो मिनट लई कैमरा रोक के भी इहदे बारे कुछ डिस्कस करांगे तो बाद असी गल्लबात करके तुहाडे नाल भी आगे लवांगे। हुण असी कैमरा ऑफ करदे हां। जगसीर सिंह सिद्धू सिद्धू स्टूडियो कल्याण सुखा। हैलो हाँ जी दर्शको
असी कैमरा ऑफ समय कुछ विचार कीतियां भी विचार यह भी अपन किसी भी मसले च कंपीटीशन नहीं पैना चाहिए तो किसी ग्राम को प्रचार नहीं होना चाहिए आप सारे एक भावें मजदूर आ भावें किसान आते भावें किसान यूनियन आ भावें पंचायत जोड़े मसले उलझे आय जाय तौर पर सुलझाने चाहिए आ आप कोई भी हक नहीं आप किसी का फैसला किसी से थोप दे भी आप जरूरी आ कि जो कोई फैसला लेना नवा पिंड भी आप सारे मिल बैठ के जो सच आनू सामने लियाए सो अपने विचार जरूर दौ मैं राम सिंह कल्याण कैमरामैन जगसीर सिंह सिद्धू नाल पिंड कल्याण मलका जिला बठिंडा सांझ पंजाब टीवी पंजाब।